ਸਤਿ ਸ਼੍ਰੀ ਅਕਾਲ। ਪੰਜਾਬ ਮੇਲ USA TV ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ, ਇਹਦੇ ਵਿੱਚ ਮਸਲੇ ਤਾਂ ਕਈ ਨੇ, ਪਰ ਆਪਾਂ ਇੱਕੋ ਹੀ ਮਸਲੇ ਦੇ ਉੱਤੇ ਅੱਜ ਜ਼ਿਆਦਾ ਫੋਕਸ ਕਰਨ ਵਾਲੇ ਹਾਂ, ਡੋਨਲਡ ਟਰੰਪ ਦੇ ਉੱਤੇ ਜੋ ਅਸੈਸੀਨੇਸ਼ਨ ਦਾ ਅਟੈਂਪਟ ਹੁੰਦਾ, ਜੋ ਉਹਨਾਂ ਦੇ ਕਤਲ ਦੀ ਸਾਜਿਸ਼ ਕੀਤੀ ਜਾਂਦੀ ਆ। ਅੱਧੇ ਇੰਚ ਦੀ ਦੂਰੀ, ਔਰ ਜੇ ਇੱਧਰ ਉੱਧਰ ਹੋ ਜਾਂਦਾ ਤਾਂ ਹੋ ਸਕਦਾ ਸੀ ਅਮੈਰੀਕਾ ਦੇ ਵਿੱਚ ਸਿਵਲ ਵਾਰ ਵਾਲੇ ਹਾਲਾਤ ਬਣ ਜਾਂਦੇ। ਇਹ ਮੈਂ ਨਹੀਂ ਕਹਿ ਰਿਹਾ, ਪੋਲੀਟੀਕਲ ਐਕਸਪਰਟਸ ਕਹਿ ਰਹੇ ਨੇ। ਹਾਫ ਐਨ ਇੰਚ ਫਰੋਮ ਸਿਵਲ ਵਾਰ। ਸੋ ਇਹ ਬਹੁਤ ਇੱਕ ਦਿਲਚਸਪ ਘਟਨਾਕ੍ਰਮ ਹੈ, ਜਿਹਦੇ ਵਿੱਚ ਦਿਲਚਸਪ ਮੈਂ ਇਸ ਕਰਕੇ ਕਹਿ ਰਿਹਾ ਕਿ ਡੋਨਲਡ ਟਰੰਪ ਇਹਦੇ ਵਿੱਚ ਸੇਫ ਹੋ ਜਾਂਦੇ ਨੇ। ਗੋਡ ਬਲੈਸ ਅਮੈਰੀਕਾ ਤਾਂ ਉਹ ਹਮੇਸ਼ਾ ਕਹਿੰਦੇ ਨੇ, ਔਰ ਨਾਲੇ ਵੀ ਕਹਿੰਦੇ ਨੇ ਕਿ ਸਭ ਦੀਆਂ ਦੁਆਵਾਂ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਬਚ ਗਿਆ। ਔਰ ਦਿਲਚਸਪ ਘਟਨਾਕ੍ਰਮ ਇਸ ਕਰਕੇ ਕਹਿੰਦੇ ਨੇ ਕਿ ਮੈਂ ਡੈਮੋਕ੍ਰੇਸੀ ਵਾਸਤੇ ਗੋਲੀ ਖਾਧੀ ਹੈ। ਸੋ ਉਹਨਾਂ ਦੇ ਇਰਾਦੇ ਬੁਲੰਦ ਨੇ। ਸੋ ਇਸ ਦੇ ਵਿੱਚ ਸਟੇਟਮੈਂਟਸ ਜੋ ਉਹਨਾਂ ਦੀਆਂ ਕਮਾਲ ਦੀਆਂ ਆਉਂਦੀਆਂ ਨੇ ਕਿ ਮੈਂ ਨਾਈਸ ਬਣਨਾ ਚਾਹੁੰਦਾ ਪਰ ਮੇਰੇ ਓਪੋਨੈਂਟਸ ਨਾਈਸ ਨਹੀਂ ਹੈਗੇ, ਤਾਂ ਫਿਰ ਮੇਰੇ ਤੋਂ ਤੁਸੀਂ ਕਿਸ ਤਰ੍ਹਾਂ ਇਹ ਉਮੀਦ ਕਰ ਸਕਦੇ ਹੋ। ਦੂਸਰੇ ਪਾਸੇ ਉਹਨਾਂ ਦੇ ਉੱਤੇ ਇਲਜ਼ਾਮ ਵੀ ਲੱਗਦੇ ਨੇ ਕਿ ਉਹਨਾਂ ਦੀ ਲੈਂਗੁਏਜ ਜਿਹੜੀ ਆ ਹਿਟਲਰ ਵਾਲੀ ਹੈ। ਕੁਝ ਲੋਕ ਉਹਨਾਂ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਡੈਮੋਕ੍ਰੇਸੀ ਸੇਫ ਨਹੀਂ ਹੋਏਗੀ ਜੇ ਉਹ ਆਉਂਦੇ ਨੇ ਇਲੈਕਸ਼ਨਸ ਤੋਂ ਬਾਅਦ ਐਜ਼ ਪ੍ਰੈਜ਼ੀਡੈਂਟ ਆਫ ਅਮੈਰੀਕਾ। ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਰੇਸਿਸਟ ਹੋਣ ਦੇ ਵੀ ਇਲਜ਼ਾਮ ਲੱਗਦੇ ਨੇ, ਕਿਉਂਕਿ ਉਹਨਾਂ ਦੇ ਪਾਰਟੀ ਦੇ ਲੋਕ ਜਾਂ ਉਹਨਾਂ ਦੇ ਜਿਹੜੇ ਹਿਮਾਇਤੀ ਨੇ ਉਹ ਕਮਲਾ ਹੈਰਿਸ ਦੇ ਉੱਤੇ ਪਰਸਨਲ ਅਟੈਕ ਕਰ ਰਹੇ ਨੇ, ਜਿਹਦੇ ਵਿੱਚ ਰੇਸਿਜ਼ਮ ਦਿਖਦਾ ਹੈ, ਜਿਹਦੇ ਵਿੱਚ ਇਹ ਚੀਜ਼ ਦਿਖਦੀ ਹੈ ਕਿ ਉਹ ਇੰਡੀਅਨ ਔਰ ਅਫਰੀਕਾ ਮੂਲ ਦੇ ਪੇਰੈਂਟਸ ਤੋਂ ਨੇ ਔਰ ਉਹਨਾਂ ਦੀ ਚਮੜੀ ਦਾ ਰੰਗ ਡਾਰਕ ਹੈ। ਔਰ ਅਸੀਂ ਪਹਿਲਾਂ ਵੀ ਪੋਲੀਟਿਕਸ ਜੋ ਰਿਹਾ ਹੈ ਅਮੈਰੀਕਾ ਦਾ, ਉਹਦੇ ਵਿੱਚ ਇੱਕ ਸਟੇਟਮੈਂਟ ਦੇਖ ਚੁੱਕੇ ਹਾਂ ਬਰਾਕ ਓਬਾਮਾ ਵਾਸਤੇ, ਜੋ ਕਿਹਾ ਗਿਆ ਕਿ ਬਲੈਕ ਮੈਨ ਇਨ ਵਾਈਟ ਹਾਊਸ। ਸੋ ਇਹ ਸਭ ਚੀਜ਼ਾਂ ਰੇਸਿਜ਼ਮ ਵੱਲ ਵੀ ਇਸ਼ਾਰਾ ਕਰਦੀਆਂ ਨੇ। ਬਟ ਨਾਓ ਕਮਿੰਗ ਟੂ ਦਾ ਪੁਆਇੰਟ, ਹਾਫ ਐਨ ਇੰਚ ਫਰੋਮ ਸਿਵਲ ਵਾਰ। ਔਰ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਡਾਕਟਰ ਅਜੀਤ ਸਿੰਘ, ਪੋਲੀਟੀਕਲ ਐਕਸਪਰਟ। ਵੈਲਕਮ ਟੂ ਪੰਜਾਬ ਚਰਚਾ ਡਾਕਟਰ ਸਰ। ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ। ਸੋ ਇਹਦੇ ਵਿੱਚ ਗੱਲ ਇਹ ਹੋ ਰਹੀ ਹੈ ਕਿ ਇਹ ਜਿਹੜਾ ਅਸੈਸੀਨੇਸ਼ਨ ਦਾ ਪਲੋਟ ਬਣਾਇਆ ਗਿਆ ਹੈ ਉਹ ਕਿਵੇਂ ਬਣਿਆ, ਔਰ ਇਹਦੇ ਪਿੱਛੇ ਕਿਹੜਾ ਦਿਮਾਗ ਕੰਮ ਕਰ ਰਿਹਾ, ਔਰ ਕਿਹੜੀਆਂ ਕਿਹੜੀਆਂ ਮਿਸਟੇਕਸ ਹੋਈਆਂ ਨੇ ਸੀਕ੍ਰੇਟ ਸਰਵਿਸ ਵੱਲੋਂ ਜਿਹਦੇ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ, ਔਰ ਨਾਲ ਕਿਸ ਦੇ ਉੱਤੇ ਇਲਜ਼ਾਮ ਲੱਗਣਾ ਚਾਹੀਦਾ, ਕਿਉਂਕਿ ਅਸੀਂ ਇਹ ਚੀਜ਼ ਦੇਖ ਚੁੱਕੇ ਹਾਂ ਕਿ ਜੋ US ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਕਿਮਬਲੇ ਚੀਟਲ ਨੇ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਆਨਸਰਸ ਮੋਸਟ ਆਫ ਮਾਈ ਕੁਐਸਚਨਸ ਆਰ ਗੋਇੰਗ ਟੂ ਡਿਮਾਂਡ ਅ ਯੈਸ ਔਰ ਨੋ ਆਨਸਰ, ਡੂ ਯੂ ਅੰਡਰਸਟੈਂਡ? ਆਈ ਡੂ। ਓਕੇ, ਮਾਈ ਫਰਸਟ ਕੁਐਸਚਨ, ਬੋਥ ਸਾਈਡਸ ਆਫ ਦ ਆਇਲ ਟੂਡੇ ਹੈਵ ਆਸਕਡ ਫਾਰ ਯੋਰ ਰੈਜ਼ਿਗਨੇਸ਼ਨ, ਵੁੱਡ ਯੂ ਲਾਈਕ ਟੂ ਯੂਜ਼ ਮਾਈ 5 ਮਿਨਟਸ ਟੂ ਡਰਾਫਟ ਯੋਰ ਰੈਜ਼ਿਗਨੇਸ਼ਨ ਲੈਟਰ, ਯੈਸ ਔਰ ਨੋ? ਨੋ, ਥੈਂਕ ਯੂ। Was this a colossal failure? It was a failure. Yes or no? Was it a colossal failure is the question. Yes or no? I have admitted this is a terrible This is a failure. Yes or no series of questions. Was this a colossal failure? Yes or no? Yes. Was this tragedy preventable? Yes or no? Yes. So, ਤੁਹਾਡਾ ਅਨਾਲਿਸਿਸ ਕੀ ਹੈ ਇਸ ਦੇ ਉੱਤੇ ਡਾਕਟਰ ਸਰ? US ਸੀਕ੍ਰੇਟ ਸਰਵਿਸ ਜਿਹੜੀ ਹੈ ਬੜੇ ਕਈ ਸਾਲਾਂ ਤੋਂ
ਅਮਰੀਕਾ ਦੇ ਰਾਸ਼ਟਰਪਤੀ ਤੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਉੱਥੋਂ ਉਹਨਾਂ ਦੀ ਰੱਖਿਆ ਕਰ ਰਹੀ ਹੈ। ਇਹ ਰੱਖਿਆ ਜਿਹੜੀ 1901 ਤੋਂ ਹੋ ਰਹੀ ਹੈ। ਪਹਿਲਾਂ ਜਿਹੜੀ US ਸੀਕਰਟ ਸਰਵਿਸ ਸੀਗੀ ਇਹ ਇੱਕ ਡਿਪਾਰਟਮੈਂਟ ਆਫ ਟ੍ਰੈਜਰੀ ਦਾ ਪਾਰਟ ਸੀਗੀ, ਕਿਉਂਕਿ ਇਹਦਾ ਮੇਨ ਕੰਮ ਜਿਹੜਾ ਪਹਿਲਾਂ ਹੁੰਦਾ ਸੀਗਾ ਉਹ ਹੁੰਦਾ ਸੀ ਕਿ ਕਾਊਂਟਰਫਿਟਿੰਗ ਕਰੰਸੀ ਨੂੰ ਰੋਕਣਾ। ਲੇਕਿਨ 2003 ਤੋਂ ਇੱਕ ਸੈਪਰੇਟ ਤੌਰ 'ਤੇ ਕੰਮ ਕਰ ਰਹੀ ਹੈ। 2003 ਤੋਂ ਇਹ ਡਿਪਾਰਟਮੈਂਟ ਆਫ ਟ੍ਰੈਜਰੀ ਦੇ ਨਾਲ ਨਹੀਂ ਹੈ। ਹੁਣ ਜੇ ਤੁਸੀਂ ਦੇਖੋ ਇਹਦਾ ਮੇਨ ਕੰਮ ਕੀ ਹਨ, ਪਹਿਲਾ ਕੰਮ ਇਹਦਾ ਹੈ ਨੈਸ਼ਨਲ ਸਿਕਿਉਰਿਟੀ, ਦੂਸਰਾ ਕੰਮ ਹੈ ਇਹਦਾ ਪਬਲਿਕ ਸੇਫਟੀ, ਤੀਸਰਾ ਕੰਮ ਹੈ ਇਕਨੋਮਿਕ ਸੇਫਗਾਰਡ, ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਜਿਹੜੀਆਂ ਮਾਲ ਪ੍ਰੈਕਟਿਸਿਸ ਹੁੰਦੀਆਂ ਉਹਨਾਂ ਨੂੰ ਰੋਕਣਾ, ਜਾਂ ਦੂਸਰੇ ਦੇਸ਼ ਤੁਹਾਡੇ ਜਿਹੜੇ ਟ੍ਰੇਡ ਨੂੰ ਜਿਹੜੇ ਇਫੈਕਟ ਕਰਦੇ ਉਹਨਾਂ ਨੂੰ ਰੋਕਣਾ, ਉਹਨਾਂ 'ਤੇ ਕਾਊਂਟਰ ਮਈਅਰ ਕੀ ਲਏ ਜਾ ਸਕਦੇ ਹਨ ਉਹਨਾਂ ਦੇ ਬਾਰੇ ਦੱਸਣਾ, ਅਤੇ ਚੌਥਾ ਇਹਦਾ ਮੇਨ ਕੰਮ ਹੁਣ ਜਿਹੜਾ ਐਡ ਹੋਇਆ ਪਿਛਲੇ ਕੁਝ ਸਾਲਾਂ 'ਚ ਉਹ ਹੈ ਸਾਈਬਰ ਇਨਵੈਸਟੀਗੇਸ਼ਨ। ਸੋ US ਸੀਕਰੇਟ ਸਰਵਿਸ ਜਿਹੜੀ ਆ ਇੱਕ ਬਹੁਤ ਹੀ ਵਰਲਡ ਨੋਨ ਏਜੰਸੀ ਹੈ ਜਿਹਨੇ ਕਿ ਸੁਰੱਖਿਆ ਪ੍ਰਦਾਨ ਕਰਨੀ ਹੁੰਦੀ ਹੈ। ਹੁਣ ਡੋਨਲਡ ਟਰੰਪ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਹੋਈ ਹੈ, ਕੋਈ ਵੀ ਜਿਹੜੀ VIP ਸਿਕਿਉਰਿਟੀ ਹੈ ਉਹਦੇ ਵਿੱਚ ਇਹ ਮੇਨ ਗੱਲ ਇਹ ਹੁੰਦੀ ਹੈ ਕਿ ਪਹਿਲੀ ਗੋਲੀ ਜਿਹੜੀ ਆ ਉਹ ਜਿਹੜਾ ਟਾਰਗੇਟ ਹੈ ਉਹਦੇ 'ਤੇ ਅਗਰ ਲੱਗੀ ਤਾਂ ਦੂਸਰੀ ਨਹੀਂ ਲੱਗਣੀ ਚਾਹੀਦੀ ਕਿਸੇ ਵੀ ਹਾਲਤ ਦੇ ਵਿੱਚ। ਉਸ ਦੇ ਵਿੱਚ ਇਹ ਸਫਲ ਰਹੀ। ਲੇਕਿਨ ਮੈਂ ਇਹ ਸਮਝਦਾ ਕਿ US ਸੀਕਰੇਟ ਸਰਵਿਸ ਪ੍ਰੋਪਰ ਰੈਕੀ ਕਰਨ ਦੇ ਵਿੱਚ ਫੇਲ ਰਹੀ। ਜਿਸ ਏਰੀਆ ਦੇ ਵਿੱਚ ਕੋਈ ਵੀ VIP ਜਿਹੜਾ ਆ ਉਹ ਆਪਣਾ ਭਾਸ਼ਣ ਦੇ ਰਿਹਾ ਹੁੰਦਾ ਆ, ਉੱਥੇ ਨਜ਼ਦੀਕ ਕਿੰਨੀਆਂ ਹਾਈ ਰਾਈਜ਼ ਬਿਲਡਿੰਗ ਹੈ ਉਹਨਾਂ ਦੀ ਰੈਕੀ ਕਰਨਾ ਬੜਾ ਜ਼ਰੂਰੀ ਹੁੰਦਾ ਹੈ, ਕਿਉਂਕਿ ਕੋਈ ਵੀ ਜਦੋਂ ਅਟੈਂਪਟ ਹੁੰਦੀ ਆ ਉਹ ਹਾਈ ਰਾਈਜ਼ ਬਿਲਡਿੰਗ ਜਾਂ ਹਾਈ ਰਾਈਜ਼ ਪੁਆਇੰਟ ਤੋਂ ਹੀ ਹੁੰਦੀ ਹੈ। ਔਰ ਇਹੋ ਜਿਹੇ ਏਰੀਆ ਦੇ ਵਿੱਚ ਜਿੱਥੇ ਕਿ ਤੁਸੀਂ ਕਹਿ ਰਹੇ ਹੋ ਕਿ ਸਲੰਪ ਹੋਵੇ ਜਾਂ ਡਾਊਨਵਰਡ ਏਰੀਆ ਹੋਵੇ, ਉੱਥੇ ਇਸ ਤਰ੍ਹਾਂ ਦੀ ਜਿਹੜੀ ਹੈ ਮੀਟਿੰਗ ਹੈ ਉਹ ਨਹੀਂ ਕਰਨੀ ਚਾਹੀਦੀ, ਅਵੋਇਡ ਕਰਨੀ ਚਾਹੀਦੀ ਹੈ। ਅਗਰ ਜ਼ਰੂਰੀ ਕਰਨੀ ਹੀ ਪਵੇ ਤਾਂ ਪ੍ਰੀਵੈਂਟਿਵ ਮਈਅਰ ਲੈਣੇ ਬਹੁਤ ਹੀ ਜ਼ਰੂਰੀ ਹੁੰਦੇ ਆ। ਹੁਣ US ਸੀਕਰੇਟ ਸਰਵਿਸ ਦੇ ਜਿਹੜੀ ਚੇਅਰਮੈਨ ਸੀ ਮਿਸਿਸ ਕਿੰਬਰਲੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਉਹਨਾਂ ਦੇ ਰਿਜ਼ਾਈਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਫੇਲਿਅਰ ਹੈ, ਅਤੇ ਉਹਨਾਂ ਨੇ ਸਾਫ਼ ਤੌਰ 'ਤੇ ਪਹਿਲਾਂ ਤਾਂ ਕੋਈ ਜਵਾਬ ਨਹੀਂ ਦਿੱਤਾ, ਲੇਕਿਨ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਯੈਸ ਇਟ ਇਜ਼ ਅਵਰ ਫੇਲਿਅਰ। ਹੁਣ ਉਹਦਾ ਜਿਹੜਾ ਚਾਰਜ ਹੈ ਉਹਦਾ ਜਿਹੜੇ ਵਾਈਸ ਪ੍ਰੈਜੀਡੈਂਟ ਜਾਂ ਵਾਈਸ ਚੇਅਰਮੈਨ ਸੀ ਮਿਸਟਰ ਰੋਨਲਡ ਰੋ ਨੂੰ ਦਿੱਤਾ ਗਿਆ ਹੈ। ਹੁਣ ਅਸੀਂ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਫੇਲਿਅਰ ਹੋਈ ਤਾਂ ਹੋਈ ਕਿੱਦਾਂ। ਪਹਿਲੀ ਗੱਲ ਇਹ ਮੈਂ ਕਹਿਣੀ ਚਾਹੁੰਦਾ ਹਾਂ ਕਿ ਕਿਸੇ ਵੀ ਦੇਸ਼ ਦੇ ਵਿੱਚ ਅਗਰ ਤੁਸੀਂ ਮਾਹੌਲ ਜਿਹੜਾ ਆ ਪੋਲੀਟੀਕਲ ਮਾਹੌਲ ਯਾਨੀ ਕਿ ਪੋਲੀਟੀਕਲ ਇਨਵਾਇਰਮੈਂਟ ਨੂੰ ਖਰਾਬ ਕਰਕੇ ਰੱਖੋਗੇ, ਇੱਕ ਦੂਜੇ ਨੂੰ ਗਾਲੀ ਗਲੋਚ ਕਰੋਗੇ, ਤਾਂ ਨਿਚਲੇ ਤੌਰ 'ਤੇ ਉਹਦਾ ਅਸਰ ਜਿਹੜਾ ਪਬਲਿਕ ਦੇ ਉੱਤੇ ਵੀ ਪੈਂਦਾ ਹੈ। ਅਤੇ ਜਿਹੜੀ US ਸੀਕਰੇਟ ਸਰਵਿਸ ਆ ਮੈਂ ਸਮਝਦਾ ਕਿ ਇਸ ਗੱਲ ਦੇ ਵਿੱਚ ਇੰਟੈਲੀਜੈਂਸ ਫੇਲਿਅਰ ਦੇ ਵਿੱਚ ਉਹ ਕਾਮਯਾਬ ਮਤਲਬ ਕਾਮਯਾਬ ਨਹੀਂ ਹੋਈ, ਉਹਨਾਂ ਦੀ ਇੰਟੈਲੀਜੈਂਸ ਫੇਲਿਅਰ ਹੋਈ ਹੈ। ਅਤੇ ਮੈਂ ਦੂਸਰੀ ਗੱਲ ਇਹ ਵੀ ਮੇਨ ਕਹਿਣੀ ਚਾਹੁੰਦਾ ਕਿ ਜਿਹੜਾ ਮਾਹੌਲ ਹੈ ਐਟਮੋਸਫੇਅਰ ਹੈ ਇਨ ਦਾ ਕੰਟਰੀ ਉਹ ਬੜਾ ਕੂਲ ਹੋਣਾ ਚਾਹੀਦਾ ਹੈ ਜਦੋਂ ਇਲੈਕਸ਼ਨ ਹੋ। ਜੇ ਤੁਸੀਂ ਇੱਕ ਦੂਜੇ ਨੂੰ ਗਾਲੀ ਗਲੋਚ ਕਰੋਗੇ ਨਿਸ਼ਚਿਤ ਤੌਰ 'ਤੇ ਇੱਕ ਦੂਜੇ ਦੇ ਜਿਹੜੇ ਵਰਕਰਸ ਹੁੰਦੇ ਜਾਂ ਸਪੋਰਟਰਸ ਹੁੰਦੇ ਆ ਉਹ ਇੱਕ ਦੂਸਰੇ 'ਤੇ ਅਟੈਕ ਵੀ ਕਰਨਾ ਸ਼ੁਰੂ ਕਰ ਦਿੰਦੇ। ਪਹਿਲਾਂ ਹੀ US ਦੇ ਵਿੱਚ 4 ਰਾਸ਼ਟਰਪਤੀ ਅਸੈਸੀਨੇਟ ਹੋ ਚੁੱਕੇ ਆ। ਉਸ ਤੋਂ ਇਹ ਪਤਾ ਲੱਗਦਾ ਹੈ ਕਿ ਕੋਈ ਵੀ VIP ਸਿਕਿਉਰਿਟੀ ਜਿਹੜੀ ਆ ਉਹ ਕੋਈ ਆਪਾਂ ਕਹਿ ਦਈਏ ਕਿ 100% ਸਕਸੈਸਫੁਲ ਹੋਵੇ ਇਹ ਪੋਸੀਬਲ ਨਹੀਂ ਹੈ। ਕੋਈ ਮੇਰਾ ਖਿਆਲ ਕੋਈ ਹੀ ਦੇਸ਼ ਐਸਾ ਬਚਿਆ ਹੋਊਗਾ ਜਿੱਥੇ ਕਿ ਅਸੈਸੀਨੇਸ਼ਨ ਦਾ ਅਟੈਂਪਟ ਨਾ ਹੋਈ ਹੋਵੇ। ਜੇ ਤੁਸੀਂ ਦੇਖੋ ਤਾਂ ਮੁਸਲਿਮ ਕੰਟਰੀ ਦੇ ਵਿੱਚ ਕੁਆਇਟ ਆਫਨ ਇਟ ਹੈਪਨਸ, ਬਟ ਅਮੈਰੀਕਾ ਵਰਗੇ ਕੰਟਰੀ ਜਿਹੜਾ ਕਿ ਇੱਕ ਡਿਵੈਲਪਡ ਨੇਸ਼ਨ ਹੈ, ਦੁਨੀਆ ਦਾ ਸਭ ਤੋਂ ਵੱਡਾ ਸੁਪਰ ਪਾਵਰ ਦੇ ਵਿੱਚ ਗਿਣਿਆ ਜਾਂਦਾ ਹੈ, ਨਿਸ਼ਚਿਤ ਤੌਰ 'ਤੇ ਇਸਦਾ ਹੋਣਾ ਇੱਕ ਤਰ੍ਹਾਂ ਦੀ ਕਹਿ ਜਾਓ ਕਿ ਮਿਸਟਰ ਬਿਡਨ ਦੀ ਫੇਲਿਅਰ ਵੀ ਹੈ। ਅਤੇ ਉਸ ਤੋਂ ਬਾਅਦ ਮਿਸਟਰ ਬਿਡਨ ਨੇ ਵੀ ਅੱਗੇ ਆਪਣੇ ਇਲੈਕਸ਼ਨ ਲੜਨ ਤੋਂ
ਆਪਣੇ ਆਪ ਨੂੰ ਵਿਦਡਰਾ ਕਰ ਲਿਆ ਹੈ ਤੇ ਅਸੀਂ ਇਹ ਮੰਨ ਸਕਦੇ ਹਾਂ ਕਿ ਇਹਦੇ ਵਿੱਚ ਇੰਟੈਲੀਜੈਂਸ ਫੇਲਿਆ ਤੇ ਦੂਸਰਾ ਪ੍ਰੋਪਰ ਰੈਕੀ ਕਰਨਾ ਜਿਹੜੀ ਏਰੀਆ ਦੀ ਉਹਦੇ ਵਿੱਚ US ਸੀਕ੍ਰੈਟ ਸਰਵਿਸ ਫੇਲ ਹੋ ਜੀ ਡਾਕਟਰ ਸਰ ਇੱਕ ਚੀਜ਼ ਇਹਦੇ 'ਚ ਆਉਂਦੀ ਆ ਕਿ ਡੋਨਲਡ ਟਰੰਪ ਕਈ ਵਾਰ ਕਿਹਾ ਜਾਂਦਾ ਕਿ ਉਹ ਖੁਦ ਹੀ ਆਪਣੇ ਵਿਰੋਧੀ ਹੋ ਜਾਂਦੇ ਨੇ ਜਦੋਂ ਉਹ ਇੱਦਾਂ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਨੇ ਜਿਹੜੇ ਕਈ ਲੋਕ ਕਹਿੰਦੇ ਨੇ ਕਿ ਡੈਮੋਕ੍ਰੇਸੀ ਦੇ ਵਿੱਚ ਐਕਸੈਪਟੇਬਲ ਨਹੀਂ ਹੈ ਔਰ ਇੱਕ ਦਾ ਜਗ੍ਹਾ ਦੇ ਉੱਤੇ ਉਹਨਾਂ ਦੇ ਉੱਤੇ ਇਹ ਇਲਜ਼ਾਮ ਵੀ ਆਉਂਦਾ ਕਿ ਉਹਨਾਂ ਨੇ ਇੱਕ ਥਾਂ ਦੇ ਉੱਤੇ ਕਿਹਾ ਕਿ ਵੋਟ ਪਾਉਣਾ ਸਪਿਰਚੁਅਲ ਡਿਊਟੀ ਹੈ ਤਾਂ ਕੁਝ ਧਾਰਮਿਕ ਸੰਗਠਨ ਉੱਠੇ ਕਿ ਸਪਿਰਚੁਅਲ ਨਹੀਂ ਇਟ ਇਜ਼ ਸਿਵਿਕ ਡਿਊਟੀ ਸਿਵਿਕ ਡਿਊਟੀ ਹੈ ਇਹਨੂੰ ਸਪਿਰਚੁਅਲ ਡਿਊਟੀ ਨਹੀਂ ਕਿਹਾ ਜਾ ਸਕਦਾ ਸੋ ਇਸ ਤਰ੍ਹਾਂ ਵੀ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਸੋ ਇਹਦੇ 'ਚ ਪੁਆਇੰਟ ਇਹ ਉੱਠਦਾ ਹੈ ਕਿ ਟਰੰਪ ਜਿੱਤਣਗੇ ਜਿਸ ਤਰ੍ਹਾਂ ਮੋਸਟਲੀ ਲੋਕ ਕਹਿੰਦੇ ਨੇ ਕਿ ਯਾ ਨੈਕਸਟ ਪ੍ਰੈਜ਼ੀਡੈਂਟ ਉਹੀ ਹੋਣਗੇ ਔਰ ਦੂਜੀ ਜਗ੍ਹਾ ਕਹਿੰਦੇ ਨੇ ਕਿ ਜੇ ਉਹ ਹਾਰ ਵੀ ਜਾਣ ਤਾਂ ਆਪਣੀ ਹਾਰ ਸਵੀਕਾਰ ਨਹੀਂ ਕਰਨਗੇ ਹੁਣ ਇਸ ਸਟੇਟਮੈਂਟ ਦਾ ਕੀ ਮਤਲਬ ਹੈ ਨੋਬਡੀ ਨੋਜ਼ ਕਿਉਂਕਿ ਕਈ ਵਾਰ ਤੁਹਾਡਾ ਖਿਆਲ ਜਾਂਦਾ ਕਿ ਜਿੱਦਾਂ ਪਹਿਲਾਂ ਉਹਨਾਂ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ ਔਰ ਕੋਰਟ ਨੇ ਵੀ ਉਹਦੇ ਵਿੱਚ ਇੰਟਰਵੀਨ ਕੀਤਾ ਉਹ ਵੀ ਸਭ ਗੱਲਾਂ ਸਾਹਮਣੇ ਆਉਂਦੀਆਂ ਨੇ ਸੋ ਮੇਨ ਚੀਜ਼ ਇਹੀ ਹੈ ਵਟ ਡੂ ਯੂ ਥਿੰਕ ਕਿ ਕੀ ਲੱਗਦਾ ਕਿ ਕਮਲਾ ਹੈਰਿਸ ਔਰ ਡੋਨਲਡ ਟਰੰਪ ਵਿੱਚੋਂ ਟਰੰਪ ਜ਼ਿਆਦਾ ਭਾਰੀ ਪਲੜਾ ਰੱਖਦੇ ਨੇ ਅਮੈਰੀਕਨ ਸਿਟੀਜ਼ਨਸ ਦੇ ਵਿੱਚ ਯਾ ਡਾਕਟਰ ਸਰ ਮੈਂ ਇਹਦੇ ਬਾਰੇ ਇਹ ਕਹਿਣਾ ਚਾਹੁੰਦਾ ਹਾਂ ਕਿ ਮਿਸਟਰ ਟਰੰਪ ਜਦੋਂ ਪਹਿਲੀ ਵਾਰ ਵੀ ਰਾਸ਼ਟਰਪਤੀ ਬਣੇ ਸੀ ਤੇ ਉਹਨਾਂ ਦੀਆਂ ਕੁਝ ਪਾਲਿਸੀਆਂ ਜਿਹੜੀਆਂ ਸੀਗੀਆਂ ਉਹ ਰੇਸਿਸਟ ਮੰਨੀਆਂ ਗਈਆਂ ਸੀਗੀਆਂ ਸ਼ਾਇਦ ਉਸ ਗੱਲ ਨੂੰ ਧਿਆਨ ਰੱਖਦੇ ਹੋਏ ਉਹਨਾਂ ਨੇ ਹੁਣ ਜਿਹੜਾ ਆਪਣਾ ਸਾਥੀ ਚੁਣਿਆ ਹੈ ਵਾਈਸ ਪ੍ਰੈਜੀਡੈਂਟ ਦੇ ਲਈ ਮਿਸਟਰ ਵਾਂਸ ਉਹਦੀ ਵਾਈਫ ਜਿਹੜੀ ਹੈ ਉਹ ਇੰਡੀਅਨ ਹੈ ਉਹਨਾਂ ਸ਼ਾਇਦ ਉਸ ਚੀਜ਼ ਨੂੰ ਕੁਛ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇਹ ਗੱਲ ਸਾਫ਼ ਹੈ ਕਿ ਉਹਨਾਂ ਦੇ ਦਿਲ ਦੇ ਵਿੱਚ ਹਮੇਸ਼ਾ ਰਹਿੰਦਾ ਹੀ ਹੈ ਕਿ ਅਮੈਰੀਕਨ ਫਸਟ ਇਹਦਾ ਮਤਲਬ ਇਹ ਹੈ ਕਿ ਜਿਹੜੇ ਇਮੀਗ੍ਰੈਂਟਸ ਹੈ ਉਹਨਾਂ ਨੂੰ ਉਹ ਸੈਕਿੰਡ ਦਰਜੇ ਦੇ ਸਿਟੀਜ਼ਨ ਕੰਸਿਡਰ ਕਰਦੇ ਆ ਹੁਣ ਜਿੱਥੋਂ ਤੱਕ ਇਹ ਸਵਾਲ ਹੈ ਕਿ ਕਿਆ ਮਿਸਟਰ ਬਿਡਨ ਜਿਹੜੇ ਆ ਉਹ ਮਿਸਟਰ ਟਰੰਪ ਨੂੰ ਹਰਾ ਸਕਦੇ ਸੀ ਉਸ ਵੇਲੇ ਸਿਚੁਏਸ਼ਨ ਇਹ ਸੀ ਕਿ ਉਦੋਂ ਮਿਸਟਰ ਟਰੰਪ ਕਾਫੀ ਅੱਗੇ ਚੱਲ ਰਹੇ ਸੀਗੇ ਉਹਦਾ ਮੇਨ ਕਾਰਨ ਇਹ ਵੀ ਮੰਨਿਆ ਗਿਆ ਕਿ ਜਿਹੜੀ ਉਹਨਾਂ ਦੀ ਡਿਬੇਟ ਹੋਈ ਉਹਦੇ ਵਿੱਚ ਬਿਡਨ ਆਪਣੇ ਆਪ ਨੂੰ ਪ੍ਰੋਪਰਲੀ ਐਕਸਪਲੇਨ ਨਹੀਂ ਕਰ ਪਾਏ ਕੁਛ ਲੋਕ ਕਹਿੰਦੇ ਕਿ ਹੈਲਥ ਫੈਕਟਰ ਹੋ ਸਕਦਾ ਕੁਛ ਕਹਿੰਦੇ ਕਿ ਉਹ ਇੰਨੇ ਜ਼ਿਆਦਾ ਅਸਰਟਿਵ ਨਹੀਂ ਹਨ ਲੇਕਿਨ ਜਦੋਂ ਮਿਸਟਰ ਬਿਡਨ ਨੇ ਵਿਦਡਰਾ ਕਰ ਲਿਆ ਤੇ ਮਿਸਿਸ ਕਮਲਾ ਹੈਰਿਸ ਜਿਹੜੀ ਆ ਉਹ ਵਾਈਸ ਪ੍ਰੈਜੀਡੈਂਟ ਉਹ ਅੱਗੇ ਦੌੜ ਦੇ ਵਿੱਚ ਆ ਗਏ ਹਜੇ ਉਹਨਾਂ ਦੀ ਨੋਮੀਨੇਸ਼ਨ ਡੈਮੋਕ੍ਰੇਟਸ ਵੱਲੋਂ ਫਾਈਨਲ ਨਹੀਂ ਹੋਈ ਹੈ ਜੇ ਆਪਾਂ ਇਹ ਕਹੀਏ ਕਿ ਮਿਸਿਸ ਕਮਲਾ ਹੈਰਿਸ ਅਜੇ ਅੱਗੇ ਆ ਅਜੇ ਆਪਾਂ ਨੂੰ ਇਹ ਡਿਸੀਜਨ ਲੈਣ ਦੇ ਵਿੱਚ ਮੇਰਾ ਖਿਆਲ ਜਲਦੀ ਕਰ ਰਹੇ ਹਾਂ ਆਪਾਂ ਕਿਉਂਕਿ ਜਦ ਤੱਕ ਡੈਮੋਕ੍ਰੇਟਸ ਉਹਨਾਂ ਦੀ ਫਾਈਨਲ ਨਹੀਂ ਕਰ ਦਿੰਦੇ ਕਿਉਂਕਿ ਮਿਸਟਰ ਬਰਾਕ ਓਬਾਮਾ ਨੇ ਵੀ ਉਹਨਾਂ ਦੀ ਕੋਈ ਜ਼ਿਆਦਾ ਸਪੋਰਟ ਹਜੇ ਤੱਕ ਨਹੀਂ ਕੀਤੀ ਹੈ ਮਿਸਟਰ ਬਰਾਕ ਓਬਾਮਾ ਇਹ ਚਾਹੁੰਦੇ ਹਨ ਕਿ ਉਹਨਾਂ ਦੀ ਵਾਈਫ ਸ਼ਾਇਦ ਡੈਮੋਕ੍ਰੇਟ ਵੱਲੋਂ ਖੜੀ ਹੋਵੇ ਪਰ ਇਹ ਸਾਫ਼ ਤੌਰ 'ਤੇ ਲੱਗ ਰਿਹਾ ਕਿ ਚਾਹੇ ਮਿਸਟਰ ਬਰਾਕ ਓਬਾਮਾ ਦੀ ਵਾਈਫ ਖੜੀ ਹੋਵੇ ਮਿਸ਼ਲ ਓਬਾਮਾ ਚਾਹੇ ਮਿਸਿਸ ਕਮਲਾ ਹੈਰਿਸ ਜਿਹੜੀ ਉਹ ਖੜੀ ਹੋਵੇ ਇਹ ਤਾਂ ਸਾਫ਼ ਹੈ ਕਿ ਮਿਸਟਰ ਡੋਨਲਡ ਟਰੰਪ ਦੇ ਅਗੇਂਸਟ ਜਿਹੜਾ ਵੀ ਕੋਈ ਵੀ ਹੋਏਗਾ ਉਹ ਇੱਕ ਓਰੀਜਨਲ ਅਮੈਰੀਕਨ ਨਹੀਂ ਹੋਏਗਾ ਉਹ ਏਸ਼ੀਅਨ ਜਾਂ ਅਫਰੀਕਨ ਮੂਲ ਦੇ ਵਿੱਚੋਂ ਹੋਏਗਾ ਮੈਂ ਇਹ ਕਹਿ ਸਕਦਾ ਹਾਂ ਕਿ ਹੁਣ ਇਹ ਜਿਹੜੀ ਇੰਟਰਸਟਿੰਗ ਫਾਈਟ ਹੋ ਗਈ ਹੈ ਮਿਸਟਰ ਟਰੰਪ ਕੁਛ ਹੱਦ ਤੱਕ ਕਹਿ ਲਓ ਕਿ ਸੈਲਫ ਗੋਲ ਵੀ ਕਰ ਲੈਂਦੇ ਹਨ ਕਈ ਗੱਲਾਂ ਦੇ ਉੱਤੇ ਉਹਨਾਂ ਦੇ ਉੱਤੇ ਵੀ ਕਹਿ ਸਕਦੇ ਹਾਂ ਕਿ ਏਜ ਫੈਕਟਰ ਜਿਹੜਾ ਉਹ ਭਾਰੀ ਹੋ ਜਾਂਦਾ ਹੈ ਤੇ ਉਹ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਅਮੈਰੀਕਨ ਫਸਟ ਦੂਸਰਾ ਉਹਨਾਂ ਨੇ ਡਰੱਗਸ ਦੇ ਬਾਰੇ ਤੇ ਟੈਕਸਿਸ ਦੇ ਬਾਰੇ ਤੇ ਹੋਰ ਕਲਾਈਮੇਟ ਚੇਂਜ ਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਕਹੀਆਂ ਹਨ ਉਹ ਕਾਫੀ ਲੋਕੀ ਜਿਹੜੀ ਆ ਉਹਦੇ ਵਿਰੋਧਤਾ ਵੀ ਕਰਦੇ ਹਨ ਤੇ ਕੁਛ ਹੱਦ ਤੱਕ ਉਹਦੇ ਸਪੋਰਟ ਦੇ ਵਿੱਚ ਵੀ ਹਨ ਬਟ ਉਹਨਾਂ ਦਾ ਜਿਹੜਾ ਮੇਨ ਅਮੈਰੀਕਨ ਲੋਕ ਹੈ ਉਹ ਉਹਨਾਂ ਦੀ ਕਾਫੀ ਸਪੋਰਟ ਕਰ ਰਹੇ ਹਨ ਸ਼ਾਇਦ ਮੈਂ ਇਹ ਸਮਝਦਾ ਕਿ ਉਹ ਪੋਲੀਟੀਕਲ ਤੌਰ ਦੇ ਉੱਤੇ ਬਿਡਨ ਦੇ ਮੁਕਾਬਲੇ ਏਜ ਫੈਕਟਰ ਨੂੰ ਧਿਆਨ ਵਿੱਚ ਰੱਖਦੇ ਹੋਏ ਥੋੜੇ ਜਿਹੇ ਭਾਰੀ ਪੈਂਦੇ ਹਨ
ਲੇਕਿਨ ਜਦੋਂ ਦੇ ਮਿਸਿਸ ਕਮਲਾ ਹੈਰਿਸ ਅੱਗੇ ਆਏ ਹਨ ਉਹਨਾਂ ਦੀ ਫਾਈਟ ਜਿਹੜੀ ਉਹ ਕਾਫੀ ਕਲੋਜ਼ ਹੋ ਗਈ ਹੈ ਔਰ ਇੱਕ ਨੇ ਤਾਂ ਪੋਲ ਸਰਵੇ ਦੇ ਵਿੱਚ ਇਹ ਕਿਹਾ ਸੀਗਾ ਕਿ ਉਹਨਾਂ ਨੂੰ 42% ਮਿਸਟਰ ਟਰੰਪ ਨੂੰ ਤੇ ਮਿਸਟਰ 44 ਮਿਸਿਸ ਕਮਲਾ ਹੈਰਿਸ ਨੂੰ 44% ਉਹਨਾਂ ਨੇ ਵੋਟਾਂ ਦਿੱਤੀਆਂ ਸੀ ਇਹਦਾ ਮਤਲਬ ਇਹ ਹੈ ਕਿ ਫਾਈਟ ਜਿਹੜੀ ਆ ਉਹ ਬੜੀ ਕਲੋਜ਼ ਹੋਏਗੀ ਹੁਣ ਉਹ ਮਿਸਟਰ ਟਰੰਪ ਐਕਸੈਪਟ ਕਰਦੇ ਹਨ ਕਿ ਨਹੀਂ ਹਨ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਪਿਛਲੀ ਵਾਰ ਵੀ ਕਾਫੀ ਇਸ ਗੱਲ ਉੱਤੇ ਜ਼ੋਰ ਪਾਇਆ ਸੀ ਕਿ ਉਹ ਹਾਰੇ ਨਹੀਂ ਹਨ ਲੇਕਿਨ ਲੋਕਾਂ ਦਾ ਪ੍ਰੈਸ਼ਰ ਕਾਫੀ ਰਿਹਾ ਤੇ ਜਿਹੜੇ ਪ੍ਰੀਵੀਅਸ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਵੀ ਉਹਦੇ ਉੱਤੇ ਕਾਫੀ ਪ੍ਰੈਸ਼ਰ ਪਾਇਆ ਤੇ ਫਿਰ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਕਿਤੇ ਵਿਦਡਰਾ ਕੀਤਾ ਇਸ ਚੀਜ਼ ਤੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਮਿਸਟਰ ਬਿਡਨ ਨੇ ਕਾਫੀ ਸਾਰੇ ਕੋਰਟ ਕੇਸਿਸ ਜਿਹੜੇ ਉਹ ਪਰਸਿਊ ਕੀਤੇ ਮਿਸਟਰ ਟਰੰਪ ਦੇ ਅਗੇਂਸਟ ਜਿਹਦੇ ਵਿੱਚ ਉਹਨਾਂ ਨੂੰ ਫਰੌਡਸਰ ਉਹਨਾਂ ਨੂੰ ਚੀਟਰ ਉਹਨਾਂ ਨੂੰ ਵੋਮਨਾਈਜ਼ਰ ਬਹੁਤ ਸਾਰੇ ਨਾਂ ਦਿੱਤੇ ਗਏ ਤੇ ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨਾਂ ਨੇ ਸ਼ਾਇਦ ਹਸ਼ ਮਨੀ ਯੂਜ਼ ਕੀਤੀ ਹੈ ਕਿਸੇ ਕੇਸ ਨੂੰ ਬੰਦ ਕਰਨ ਦੇ ਲਈ ਕਿਸੇ ਪਾਰਟਿਕੂਲਰ ਲੇਡੀ ਨਾਲ ਉਹਨਾਂ ਦੇ ਸੰਬੰਧ ਸਨ ਤੇ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਉਹਨਾਂ ਨੇ ਪੈਸਾ ਦਿੱਤਾ ਤੇ ਉਸ ਕੇਸ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਜਿਹੜੀ ਜਨਤਾ ਦਾ ਆਇਆ ਕਾਫੀ ਕਹਿ ਲਓ ਕਿ ਵਿਰੋਧ ਕਰਨਾ ਪੈ ਰਿਹਾ ਹੈ ਤੇ ਮੈਂ ਇਹ ਸਮਝਦਾ ਹਾਂ ਕਿ ਪ੍ਰੈਜ਼ੈਂਟਲੀ ਜਿਹੜੀ ਫਾਈਟ ਹੈ ਮਿਸਟਰ ਬਿਡਨ ਦੇ ਵਿਦਡਰਾ ਕਰਨ ਤੋਂ ਬਾਅਦ ਕਾਫੀ ਇੰਟਰਸਟਿੰਗ ਹੋਊਗੀ ਜੀ ਕਮਲਾ ਹੈਰਿਸ ਬਹੁਤ ਐਕਟਿਵ ਹੋ ਚੁੱਕੇ ਨੇ ਔਰ ਹਮੇਸ਼ਾ ਆਪਣੇ ਸਮਰਥਕਾਂ ਨੂੰ ਵੀ ਕਹਿੰਦੇ ਨੇ ਕਿ ਅਸੀਂ ਇਕੱਠੇ ਮਿਲ ਕੇ ਜਿੱਤਾਂਗੇ ਔਰ ਰਿਪੋਰਟਸ ਇਹ ਵੀ ਆ ਰਹੀਆਂ ਨੇ ਕਿ ਡੈਮੋਕਰੈਟਸ ਨੇ ਉਹਨਾਂ ਨੂੰ ਸਮਰਥਨ ਦਿੱਤਾ ਹੈ ਔਰ ਜੋ ਬਾਈਡਨ ਵੀ ਸਿਹਤ ਯਾਫਤਾ ਹੋਣ ਤੋਂ ਬਾਅਦ ਉਹਨਾਂ ਦੀ ਕੈਂਪੇਨਸ ਦੇ ਵਿੱਚ ਉਹਨਾਂ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆਉਣਗੇ ਇਹ ਵੀ ਰਿਪੋਰਟਸ ਮਿਲੀਆਂ ਨੇ ਔਰ ਦੂਸਰਾ ਟਰੰਪ ਉਹਨਾਂ ਦੀ ਜੋ ਲੀਗਲ ਟੀਮ ਹੈ ਉਹਨਾਂ ਨੇ ਇੱਕ ਐਪਲੀਕੇਸ਼ਨ ਇੱਕ ਸ਼ਿਕਾਇਤ ਦਾਇਰ ਕੀਤੀ ਹੈ ਇਲੈਕਸ਼ਨ ਕਮਿਸ਼ਨ ਕੋਲ ਕਿ ਜੋ ਪੈਸਾ ਜੋ ਬਾਈਡਨ ਦੇ ਖਾਤੇ ਦੇ ਵਿੱਚ ਜਾਂ ਜੋ ਬਾਈਡਨ ਦੇ ਹੱਕ ਦੇ ਵਿੱਚ ਇਲੈਕਸ਼ਨ ਮਨੀ ਕਲੈਕਟ ਹੋਈ ਸੀ ਉਸ ਨੂੰ ਕਮਲਾ ਹੈਰਿਸ ਦੇ ਲਈ ਖਰਚ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਕਰਨਾ 1971 ਦੇ ਕਿਸੇ ਲਾਅ ਦੀ ਉਲੰਘਣਾ ਹੋਏਗੀ ਜੋ ਕਿ ਇਲੈਕਸ਼ਨ ਕਮਿਸ਼ਨ ਨੇ ਹੀ ਪਾਸ ਕੀਤਾ ਸੀ ਇਹ ਤਮਾਮ ਗੱਲਾਂ ਮਤਲਬ ਕਮਲਾ ਹੈਰਿਸ ਨੂੰ ਹਰ ਪਾਸਿਓਂ ਘੇਰਨ ਦੀ ਕੋਸ਼ਿਸ਼ ਔਰ ਉਹਨਾਂ ਦੇ ਉੱਤੇ ਪਰਸਨਲ ਅਟੈਕ ਰੇਸਿਜ਼ਮ ਉਹ ਫੇਸ ਕਰ ਰਹੇ ਨੇ ਉਹਨਾਂ ਨੂੰ ਬੇ ਔਲਾਦ ਤੱਕ ਕਿਹਾ ਗਿਆ ਔਰ ਲੀਗਲ ਵੀ ਉਹਨਾਂ ਦੇ ਉੱਤੇ ਅਟੈਕਸ ਕੀਤੇ ਜਾ ਰਹੇ ਨੇ ਹਾਲਾਂਕਿ ਉਹਨਾਂ ਨੂੰ ਡੈਮੋਕਰੇਟਸ ਦਾ ਸਮਰਥਨ ਪ੍ਰਾਪਤ ਆ ਉਹਨਾਂ ਨੂੰ ਨਾਰੀ ਸ਼ਕਤੀ ਜਿੱਥੇ ਵੀ ਉਹ ਜਾਂਦੇ ਨੇ ਉਹ ਸਮਰਥਨ ਮਿਲਦਾ ਹੈ ਇਹ ਵੀ ਪ੍ਰਾਪਤ ਹੈ ਔਰ ਵੋਟਰਸ ਖੁਸ਼ ਨੇ ਕਿ ਉਹਨਾਂ ਦਾ ਨਾਂ ਸਾਹਮਣੇ ਆਇਆ ਹੈ ਜੋ ਬਾਈਡਨ ਉਹਨਾਂ ਨੇ ਖੁਦ ਪ੍ਰਪੋਜ਼ ਕੀਤਾ ਉਹਨਾਂ ਦਾ ਨਾਂ ਸੋ ਇਹ ਸਭ ਦੇਖਦੇ ਹੋਏ ਮੇਰੇ ਖਿਆਲ ਦੇ ਵਿੱਚ ਇੱਕ ਮਿੰਟ ਜਸਟ ਮੈਂ ਇਹਦੇ ਵਿੱਚ ਐਕਸਪਲੇਨ ਕਰਨਾ ਚਾਹੁੰਦਾ ਕਿ ਜਿੱਥੋਂ ਤੱਕ ਪੈਸੇ ਦਾ ਸਵਾਲ ਹੈ ਪੋਲੀਟੀਕਲ ਡੋਨੇਸ਼ਨ ਦਾ ਸਵਾਲ ਹੈ ਜਿਉਂ ਹੀ ਮਿਸਿਸ ਕਮਲਾ ਹੈਰਿਸ ਦੀ ਜਿਹੜੀ ਆ ਉਹ ਨੋਮੀਨੇਸ਼ਨ ਉਹਨਾਂ ਨੇ ਸਪੋਰਟ ਕੀਤੀ ਮਿਸਟਰ ਬਿਡਨ ਨੇ ਉਹਦੇ ਨਾਲ ਹੀ ਉਹਨਾਂ ਕੋਲ ਇੰਨੇ ਕੁ ਮੇਰਾ ਖਿਆਲ ਬਿਲੀਅਨ ਡਾਲਰਸ ਜਾਂ ਕਾਫੀ ਕਾਫੀ ਬੜਾ ਅਮਾਊਂਟ ਐਗਜੈਕਟਲੀ ਮੈਨੂੰ ਯਾਦ ਨਹੀਂ ਹੈ ਲੇਕਿਨ ਬਹੁਤ ਭਾਰੀ ਡੋਨੇਸ਼ਨਸ ਉਹਨਾਂ ਕੋਲ ਆਉਣੀਆਂ ਸ਼ੁਰੂ ਹੋ ਗਈਆਂ ਹਨ ਤੇ ਮੇਰੇ ਖਿਆਲ ਦੇ ਵਿੱਚ ਇਹ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪਏਗਾ ਔਰ ਦੂਸਰਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲੇ ਏਸ਼ੀਅਨ ਮੂਲ ਦੇ ਤੇ ਪਹਿਲੇ ਕਹਿ ਲਓ ਕਿ ਲੇਡੀ ਵਿਮੈਨ ਜਿਹੜੀ ਆ ਪ੍ਰੈਜ਼ੀਡੈਂਟ ਕਿਉਂਕਿ ਅਮਰੀਕਾ ਦੀ ਬਣਨੀ ਆ ਇਸ ਕਰਕੇ ਇਹਦੇ ਵਿੱਚ ਕੋਈ ਬਹੁਤ ਵੱਡੀ ਗੱਲ ਨਹੀਂ ਹੋਗੀ ਅਗਰ ਉਹ ਜਿੱਤ ਵੀ ਜਾਵੇ ਡੋਨਲਡ ਟਰੰਪ ਦੇ ਅਗੇਂਸਟ ਕਿਉਂਕਿ ਡੋਨਲਡ ਟਰੰਪ ਅਗਰ ਹਾਰਦੇ ਆ ਤਾਂ ਆਪਣੀਆਂ ਗਲਤੀਆਂ ਦਾ ਕਰਕੇ ਜਾਂ ਬੜਬੋਲੇ ਹੋਣ ਕਰਕੇ ਹਾਰਨਗੇ ਕਿਉਂਕਿ ਉਹਨਾਂ ਦੇ ਵਿੱਚ ਗ੍ਰੇਸਫੁਲ ਨੇ ਜਿਹੜੀ ਆ ਉਹ ਮੇਰੇ ਖਿਆਲ ਜੋ ਰਾਸ਼ਟਰਪਤੀ ਦੇ ਵਿੱਚ ਹੋਣੀ ਚਾਹੀਦੀ ਉਹ ਮਿਸਿੰਗ ਹੁੰਦੀ ਹੈ ਜਲਦੀ ਤੌਰ ਦੇ ਉੱਤੇ ਉਹ ਬਹੁਤ ਹੀ ਜ਼ਿਆਦਾ ਭੜਕੀਲੇ ਭਾਸ਼ਣ ਦਿੰਦੇ ਹਨ ਜਾਂ ਇਹੋ ਜਿਹੇ ਭਾਸ਼ਣ ਦਿੰਦੇ ਹਨ ਜਿਹੜੇ ਕਿ ਸੋਸ਼ਲ ਹਾਰਮੋਨੀ ਦੇ ਲਈ ਬਹੁਤੇ ਅੱਛੇ ਨਹੀਂ ਜਾਂ ਕਿਉਂਕਿ ਸੋਸ਼ਲ ਹਾਰਮੋਨੀ ਸੋਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਫਕੋਰਸ ਜੋ ਕੋਨਸਟੀਟਿਊਸ਼ਨ ਆਫ ਅਮੈਰੀਕਾ ਹੈ ਉਹ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦਿੰਦਾ ਹੈ ਬੀਇੰਗ ਦ ਲਾਰਜੈਸਟ ਡੈਮੋਕ੍ਰੇਸੀ ਆਫ ਦ ਵਰਲਡ ਸੋ ਆਪਾਂ ਇੱਕ ਇਸ਼ੂ ਜੋ ਸ਼ੁਰੂ 'ਚ ਛੇੜਿਆ ਸੀ ਅਟੈਕ ਦਾ ਜੋ ਉਹਨਾਂ ਦੀ ਲਾਈਫ ਦੇ ਉੱਤੇ ਹੋਇਆ ਹੈ ਡੋਨਲਡ ਟਰੰਪ ਇੱਕ ਚੀਜ਼ ਆਏਗੀ ਕਿ ਅਮੈਰੀਕਾ ਦੇ ਵਿੱਚ ਜੋ ਗਨ ਕਲਚਰ ਹੈ
ਜੋ ਗਨ ਲਾਜ਼ ਨੇ ਉਹਦੇ ਵਿੱਚ ਕ੍ਰਾਈਮਸ ਜਿਹੜੇ ਇਹ ਹੋ ਰਹੇ ਨੇ ਅਸੀਂ ਵੇਖ ਰਹੇ ਹਾਂ ਲਗਾਤਾਰ, ਉਹਦੇ ਵਿੱਚ ਜਸਟਿਸ ਸਿਸਟਮ ਕਿੱਥੇ ਠਹਿਰੇਗਾ ਅਤੇ ਸੁਸਾਇਟੀ ਕਿੱਥੇ ਠਹਿਰੇਗੀ, ਕਿਉਂਕਿ ਸੁਸਾਇਟੀ ਦੋ ਹਿੱਸਿਆਂ 'ਚ ਵੰਡੀ ਹੋਈ ਹੈ। ਕੁਝ ਲੋਕ ਗਨਸ ਨੂੰ ਰੱਖਣਾ ਮੈਨਹੁੱਡ ਦੀ ਪਹਿਚਾਣ ਸਮਝਦੇ ਨੇ, ਓਲਡੈਸਟ ਅਮੈਰੀਕਨ ਕਲਚਰ ਦਾ ਪ੍ਰਤੀਕ ਹੈ, ਔਰ ਕੁਝ ਲੋਕ ਕਹਿੰਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਇਹਦੀ ਲੋੜ ਨਹੀਂ ਹੈ। ਖਾਸ ਕਰਕੇ ਜੋ ਇੰਡੀਅਨ ਭਾਈਚਾਰਾ ਵੀ ਉੱਥੇ ਰਹਿੰਦਾ ਹੈ ਉਹ ਵੀ ਕਹਿ ਰਿਹਾ ਹੈ ਕਿ ਸਾਨੂੰ ਇਹਦੀ ਲੋੜ ਨਹੀਂ ਹੈ, ਹਾਲਾਂਕਿ ਉਹਨਾਂ ਨੂੰ ਵੀ ਆਪਣੀ ਪ੍ਰੋਟੈਕਸ਼ਨ ਵਾਸਤੇ ਗਨਸ ਖਰੀਦਣੀਆਂ ਪੈ ਰਹੀਆਂ ਨੇ। ਜੋ ਬਾਈਡਨ, ਕਮਲਾ ਹੈਰਿਸ, ਉਹ ਦੋਨੋਂ ਹੀ ਇਸ ਚੀਜ਼ ਦੇ ਖਿਲਾਫ ਰਹੇ ਨੇ, ਗਨ ਕਲਚਰ ਦੇ ਖਿਲਾਫ, ਔਰ ਕਿਤੇ ਨਾ ਕਿਤੇ ਜਿਹੜੀ ਦੂਸਰੀ ਲੌਬੀ ਹੈ ਉਹ ਸਪੋਰਟ ਕਰਦੀ ਹੈ। ਸੋ ਕ੍ਰਾਈਮਸ ਨੂੰ ਦੇਖਦੇ ਹੋਏ ਜਸਟਿਸ ਸਿਸਟਮ ਕਿੱਥੇ ਖੜੇਗਾ, ਗਨ ਲਾਜ਼ ਕਿੱਥੇ ਖੜਨਗੇ, ਔਰ ਗਨ ਕਲਚਰ ਕਿੱਥੇ ਖੜੇਗਾ? ਡਾਕਟਰ ਸਰ, ਮੈਂ ਇਹਦੇ ਬਾਰੇ ਜਨਰਲੀ ਤੌਰ 'ਤੇ, ਤੁਸੀਂ ਵੀ ਜਾਣਦੇ ਹੋਵੋਗੇ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ, ਮਾਲਸ ਦੇ ਵਿੱਚ ਅਤੇ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟਸ ਨੇ ਜਾਂ ਦੂਸਰੇ ਜਿਹੜੇ ਕੁਛ ਲੋਕ ਹੁੰਦੇ ਅਟੈਕ ਕਰਨ ਵਾਲੇ, ਉਹਨਾਂ ਨੇ ਕਾਫੀ ਵਾਰੀ ਗਨ ਦਾ ਯੂਜ਼ ਕੀਤਾ, ਜਿਹਦਾ ਕਰਕੇ ਇਹ ਇਸ਼ੂ ਸਿਰਫ ਅਮੈਰੀਕਾ ਦੇ ਵਿੱਚ ਨਹੀਂ ਬਲਕਿ ਹੋਰ ਦੇਸ਼ਾਂ ਦੇ ਵਿੱਚ ਇੱਕ ਡਿਬੇਟ ਦਾ ਕਾਰਨ ਬਣਿਆ ਹੋਇਆ ਹੈ ਕਿ ਕੀ ਗਨ ਦਾ ਲਾਇਸੈਂਸ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ। ਹੁਣ ਅਮੈਰੀਕਾ ਸਿਰਫ ਇੱਕ ਦੇਸ਼ ਨਹੀਂ ਹੈ, ਨੌਰਥ ਅਮੈਰੀਕਾ 'ਚ ਹੋਰ ਬਹੁਤ ਸਾਰੇ ਦੇਸ਼ ਹਨ ਜਿੱਥੇ ਕਿ ਗਨ ਕਲਚਰ ਜਿਹੜਾ ਉਹ ਕਾਫੀ ਅੱਗੇ ਹੈ। ਬੇਸਿਕਲੀ ਗਨ ਤੁਹਾਨੂੰ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਤੁਸੀਂ ਸੈਲਫ ਡਿਫੈਂਸ ਕਰ ਸਕੋ। ਜੋ ਹੁਣ ਤੁਸੀਂ ਦੇਖੋ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਬੜੇ ਬੜੇ ਐਗਰੀਕਲਚਰ ਫਾਰਮ ਹਨ, ਉੱਥੇ ਬਾਹਰ ਬੜਾ ਸਾਰਾ ਬੋਰਡ ਲੱਗਿਆ ਹੁੰਦਾ ਜਿਹਦੇ ਉੱਤੇ ਲਿਖਿਆ ਹੁੰਦਾ ਕਿ ਇਫ ਯੂ ਕ੍ਰੋਸ ਦਿਸ ਲਾਈਨ ਵਿਦਾਊਟ ਪਰਮਿਸ਼ਨ ਯੂ ਕੈਨ ਬੀ ਸ਼ੋਟ ਡੈਡ, ਕਲੀਅਰ ਕੱਟ ਲਿਖਿਆ ਹੁੰਦਾ। ਅਗਰ ਉਹ ਲੋਕ ਇਕੱਲੇ ਰਹਿੰਦੇ ਹਨ ਖੇਤਾਂ ਦੇ ਵਿੱਚ, ਇਹਦਾ ਮਤਲਬ ਇਹ ਹੈ ਕਿ ਉਹ ਸੈਲਫ ਡਿਫੈਂਸ ਦੇ ਲਈ ਆਪਣੇ ਕੋਲ ਗਨ ਰੱਖਦੇ ਹਨ, ਲੇਕਿਨ ਉਸੇ ਗਨ ਨੂੰ ਅਗਰ ਉਹ ਮਾਲ ਦੇ ਵਿੱਚ ਜਾ ਕੇ, ਯੂਨੀਵਰਸਿਟੀ ਵਿੱਚ ਜਾ ਕੇ, ਕਾਲਜ ਵਿੱਚ ਜਾ ਕੇ ਜਾਂ ਸਕੂਲ ਵਿੱਚ ਜਾ ਕੇ ਯੂਜ ਕਰਦੇ ਹਨ, ਉਹ ਬਹੁਤ ਭੈੜੀ ਗੱਲ ਹੈ। ਹੁਣ ਮਿਸਟਰ ਬਿਡਨ ਅਤੇ ਮਿਸਿਸ ਕਮਲਾ ਹੈਰਿਸ ਇਸ ਗਨ ਕਲਚਰ ਦੇ ਐਕਸਟ੍ਰੀਮਲੀ ਅਗੇਂਸਟ ਹਨ, ਇੱਕ ਚੰਗੀ ਗੱਲ ਹੈ। ਮੈਂ ਇਹ ਸਮਝਦਾ ਕਿ ਸੋਸ਼ਲ ਹਾਰਮੋਨੀ ਦੇ ਲਈ ਇਹਨੂੰ ਦਿਖਾਵਾ ਜਾਂ ਇਹਨੂੰ ਬ੍ਰੈਂਡਿਸ਼ ਕਰਨਾ ਜਿਹੜਾ ਉਹ ਬਿਲਕੁਲ ਹੀ ਅਲਾਉ ਨਹੀਂ ਹੋਣਾ ਚਾਹੀਦਾ, ਕਿਉਂਕਿ ਅਗਰ ਤੁਸੀਂ ਸੈਲਫ ਡਿਫੈਂਸ ਲਈ ਰੱਖਣੀ ਹੈ ਦੇਰ ਸ਼ੁੱਡ ਬੀ ਸਮ ਲਾਅ ਕਿ ਤੁਸੀਂ ਉਹਨੂੰ ਕਿਹਨਾਂ ਕਿਹਨਾਂ ਹਾਲਤਾਂ ਵਿੱਚ ਜਲਦੀ ਤੌਰ 'ਤੇ ਸੈਲਫ ਡਿਫੈਂਸ ਲਈ ਯੂਜ਼ ਕਰ ਸਕਦੇ ਹੋ। ਬਟ ਕੈਰੀ ਕਰਕੇ ਚੱਲਣਾ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਅਗਰ ਸਿਕਿਉਰਿਟੀ ਦਾ ਇਸ਼ੂ ਹੈ ਤਾਂ ਉੱਥੇ ਤੁਸੀਂ ਅਗਰ ਉਹਨਾਂ ਨੂੰ ਪ੍ਰੋਹਿਬਿਟ ਕਰਦੇ ਹੋ ਤਾਂ ਇਹ ਬੜੀ ਚੰਗੀ ਗੱਲ ਹੈ, ਉੱਥੇ ਅਲਾਓ ਕਰਨਾ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਮੈਂ ਇਹ ਸਮਝਦਾ ਕਿ ਮਿਸਟਰ ਬਿਡਨ ਜਿਹੜੇ ਆ ਉਹ ਇਸ ਗਨ ਕਲਚਰ 'ਤੇ ਅਗਰ ਸਪੋਰਟ ਕਰਦੇ ਆ ਤਾਂ ਉਹ ਇੱਕ ਤਰ੍ਹਾਂ ਦੇ ਆਪਣੇ ਸੋਸ਼ਲ ਹਾਰਮੋਨੀ ਨੂੰ ਖਰਾਬ ਕਰਨਗੇ। ਮਿਸਟਰ ਟਰੰਪ ਤਾਂ ਉਸ ਤੋਂ ਵੀ ਜ਼ਿਆਦਾ ਬਹੁਤ ਅੱਗੇ ਹਨ। ਮੇਰੇ ਖਿਆਲ ਦੇ ਵਿੱਚ ਮਿਸਟਰ ਬਿਡਨ ਔਰ ਮਿਸਿਸ ਕਮਲਾ ਹੈਰਿਸ ਅਗਰ ਇਸ ਗੱਲ ਦਾ ਵਿਰੋਧ ਕਰਦੇ ਹਨ ਕਿ ਗਨ ਕਲਚਰ ਜਿਹੜਾ ਉਹ ਨਹੀਂ ਬੜਾਵਾ ਦਿੱਤਾ ਜਾਣਾ ਤਾਂ ਇਹ ਬਹੁਤ ਹੀ ਵਧੀਆ ਗੱਲ ਹੈ, ਔਰ ਗਨ ਕਲਚਰ ਜਿਹੜਾ ਉਹ ਜਿੰਨੀ ਜਲਦੀ ਖਤਮ ਹੋ ਸਕੇ ਅੱਛੀ ਗੱਲ ਹੈ। ਹੁਣ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬੀ ਗਾਣਿਆਂ ਦੇ ਵਿੱਚ ਵੀ ਕਈ ਪੰਜਾਬ ਪੁਲਿਸ ਨੇ ਅਤੇ ਹੋਰਨਾਂ ਨੇ ਗਨ ਕਲਚਰ ਦੇ ਉੱਤੇ ਜਲਦੀ ਤੌਰ 'ਤੇ ਪਾਬੰਦੀ ਲਗਾਈ ਹੈ, ਕਿਉਂਕਿ ਜਦੋਂ ਤੁਸੀਂ ਬ੍ਰੈਂਡਿਸ਼ ਕਰਦੇ ਤਾਂ ਤੁਸੀਂ ਬੱਚਿਆਂ ਨੂੰ ਕੀ ਦਿਖਾਉਂਦੇ ਹੋ? ਉਹ ਬੱਚੇ ਵੀ ਵਾਇਲੈਂਟ ਹੋਣਗੇ, ਉਹਨਾਂ ਦੇ ਮਾਨਸਿਕ ਤੌਰ 'ਤੇ ਜਿਹੜਾ ਅਸਰ ਹੁੰਦਾ ਹੈ ਉਹ ਵੀ ਬਹੁਤ ਬੁਰਾ ਹੁੰਦਾ ਹੈ। ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਗਨ ਕਲਚਰ ਹੈ ਅਮੈਰੀਕਾ ਦੇ ਵਿੱਚ ਜਾਂ ਜਿੰਨੇ ਵੀ ਨੌਰਥ ਅਮੈਰੀਕਨ ਕੰਟਰੀਜ਼ ਹੈ, ਨੇਸ਼ਨਸ ਹਨ, ਉਹਨਾਂ ਦੇ ਵਿੱਚ ਇੱਥੇ ਸਖ਼ਤ ਪਾਬੰਦੀਆਂ ਜਾਂ ਪ੍ਰੀਵੈਂਟਿਵ ਮੈਜਰ ਇਸ ਤਰ੍ਹਾਂ ਦੇ ਲਏ ਜਾਣੇ ਚਾਹੀਦੇ ਨੇ ਜਿਹਦਾ ਕਰਕੇ ਇਹਦਾ ਜਿਹੜਾ ਆਮ ਤੌਰ 'ਤੇ ਦਿਖਾਵਾ ਔਰ ਇਹਦਾ ਯੂਜ਼ ਕਰਨਾ ਜਿਹੜਾ ਉਹ ਸਟ੍ਰਿਕਟਲੀ ਪ੍ਰੋਹਿਬਿਟਡ ਹੋਣਾ ਚਾਹੀਦਾ। ਯਾ, ਔਰ ਤੁਸੀਂ ਇਹ ਗੀਤਾਂ ਦੀ ਗੱਲ ਕੀਤੀ ਹੈ ਤਾਂ ਜੋ ਰਸ਼ੀਅਨ ਕ੍ਰਾਂਤੀ ਦੇ ਆਧਾਰ ਰਹੇ ਨੇ ਕਾਰਲ ਮਾਰਕਸ, ਉਹਨਾਂ ਨੇ ਕਿਹਾ ਕਿ ਮੈਨੂੰ ਤੁਸੀਂ ਆਪਣੀ ਸੁਸਾਇਟੀ ਦੇ 5 ਗਾਣੇ ਸੁਣਾ ਦਿਓ, ਮੈਂ ਤੁਹਾਨੂੰ ਇਹ ਦੱਸ ਦੇਵਾਂਗਾ ਕਿ ਤੁਹਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਦਾ ਭਵਿੱਖ ਕੀ ਹੈ ਅਤੇ ਤੁਹਾਡੇ ਦੇਸ਼ ਦਾ ਭਵਿੱਖ ਕੀ ਹੈ। ਸੋ ਹੀ ਇਜ਼ ਵੈਰੀ ਰਾਈਟ।
ਸੋ ਆਪਾਂ ਇੱਕ ਇਸ਼ੂ ਲੈਂਦੇ ਹਾਂ, ਕੰਪੈਰੀਜ਼ਨ ਲੈਂਦੇ ਹਾਂ, ਕਮਲਾ ਹੈਰਿਸ ਐਂਡ ਡੋਨਲਡ ਟਰੰਪ, ਦੋ ਇਸ਼ੂਜ਼ ਨੇ। ਇੱਕ ਤਾਂ ਇਮੀਗ੍ਰੇਸ਼ਨ ਦਾ ਇਸ਼ੂ ਹੈ, ਉਹਦੇ ਉੱਤੇ ਕਮਲਾ ਹੈਰਿਸ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ, ਔਰ ਡੋਨਲਡ ਟਰੰਪ ਕਿਤੇ ਨਾ ਕਿਤੇ ਇਹ ਦੱਸਦੇ ਹੋਏ ਦਿਖਾਈ ਦਿੰਦੇ ਨੇ ਕਿ ਜੋ ਪ੍ਰਵਾਸੀ ਨੇ ਉਹ ਸੈਕਿੰਡ ਦਰਜੇ ਦੇ ਸਿਟੀਜ਼ਨਸ ਨੇ ਅਮੈਰੀਕਾ ਦੇ ਵਿੱਚ। ਅਤੇ ਦੂਸਰਾ ਲਾਅ ਹੈ ਐਬੋਰਸ਼ਨ ਦਾ, ਜਿਹਦੇ ਉੱਤੇ ਕਾਫੀ ਕੰਮ ਹੋਇਆ ਹੈ, ਔਰ ਇਹ ਵੀ ਇੱਕ ਸਟਾਰ ਇਸ਼ੂ ਰਹੇਗਾ। ਇਮੀਗ੍ਰੇਸ਼ਨ ਐਂਡ ਐਬੋਰਸ਼ਨ, ਇਹ ਦੋਵੇਂ ਸਟਾਰ ਇਸ਼ੂਜ਼ ਰਹਿਣਗੇ ਇਸ ਇਲੈਕਸ਼ਨਸ ਦੇ ਦੌਰਾਨ। ਸੋ ਦੋਵਾਂ ਜਾਣਿਆਂ ਦਾ, ਡੋਨਲਡ ਟਰੰਪ ਔਰ ਕਮਲਾ ਹੈਰਿਸ ਦਾ, ਜੇ ਕੰਪੈਰੀਜ਼ਨ ਕਰਨਾ ਹੋਵੇ ਇਹ ਦੋਨਾਂ ਇਸ਼ੂਜ਼ ਦੇ ਉੱਤੇ, ਡਾਕਟਰ ਸਰ? ਇਹਦੇ ਬਾਰੇ ਬਹੁਤ ਸਾਰੇ ਇਸ਼ੂਜ਼, ਜਿਹੜੇ ਐਬੋਰਸ਼ਨ ਦੇ ਬਾਰੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਸੁਪਰੀਮ ਕੋਰਟ ਵੱਲੋਂ ਵੀ ਜੱਜਮੈਂਟ ਆਈ ਸੀਗੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਕੀ ਇਹ ਸਟੇਟ ਦਾ ਰਾਈਟ ਹੋਣਾ ਚਾਹੀਦਾ ਜਾਂ ਸੈਂਟਰਲ ਗੌਰਮੈਂਟ ਦਾ ਰਾਈਟ ਹੋਣਾ ਚਾਹੀਦਾ। ਹੁਣ ਮਿਸਟਰ ਮਿਸਿਸ ਕਮਲਾ ਹੈਰਿਸ ਅਤੇ ਮਿਸਟਰ ਡੋਨਲਡ ਟਰੰਪ ਦੋਨਾਂ ਦਾ ਅਗਰ ਦੇਖਿਆ ਜਾਵੇ ਨਿਸ਼ਚਿਤ ਤੌਰ 'ਤੇ ਅਬੋਰਸ਼ਨ ਦਾ ਜਿਹੜਾ ਰਾਈਟ ਹੈ ਇੱਕ ਇੰਡੀਵਿਜੁਅਲ ਰਾਈਟ ਹੈ। ਹੁਣ ਇਹਦੇ ਵਿੱਚ ਤੁਸੀਂ ਦੇਖਿਆ ਜਾਵੇ ਕਿ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਕੇਸਿਸ ਜਿਹੜੇ ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਦੇ ਵਿੱਚ ਚੱਲਦੇ ਹਨ ਕਿ ਇੰਨੇ ਮਹੀਨੇ ਬਾਅਦ ਕਿਆ ਅਬੋਰਸ਼ਨ ਲਾਅ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਕਿਆ ਜਿਹੜਾ ਕੈਰੀ ਕਰ ਰਹੀ ਹੈ ਲੇਡੀ ਉਹਦੀ ਸੁਰੱਖਿਆ ਜਿਹੜੀ ਆ ਉਹ ਕਿਸੇ ਹੱਦ ਤੱਕ ਆਪਾਂ ਉਹਦੇ ਨਾਲ ਕੰਪਰੋਮਾਈਜ਼ ਤਾਂ ਨਹੀਂ ਕਰ ਰਹੇ। ਅਗਰ ਆਪਾਂ ਜ਼ਿਆਦਾ ਐਡਵਾਂਸ ਸਟੇਜ ਦੇ ਵਿੱਚ ਪ੍ਰੈਗਨੈਂਸੀ ਹੈ ਤਾਂ ਉਸ ਕੇਸ ਦੇ ਵਿੱਚ ਅਬੋਰਸ਼ਨ ਲਾਅ ਕੀਤਾ ਜਾਵੇ ਕਿ ਨਾ ਕੀਤਾ ਜਾਵੇ। ਹੁਣ ਇਸ ਇਸ਼ੂ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਰੇਕ ਦੇਸ਼ ਦੇ ਆਪਣੇ ਆਪਣੇ ਕਾਨੂੰਨ ਹਨ, ਤੇ ਮੈਂ ਸਮਝਦਾ ਕਿ ਜਿਹੜਾ ਅਬੋਰਸ਼ਨ ਦਾ ਕਾਨੂੰਨ ਹੈ ਜਲਦੀ ਤੌਰ ਤੇ ਇੰਡੀਵਿਜੁਅਲ ਇੱਕ ਰਾਈਟ ਹੈ, ਔਰ ਇਹਦੇ ਵਿੱਚ ਸਟੇਟ ਗੌਰਮੈਂਟ ਅਗਰ ਕੋਈ ਆਪਣੇ ਡਿਫਰੈਂਟ ਕਾਨੂੰਨ ਬਣਾਉਣੇ ਚਾਹੁੰਦੀ ਹੈ ਤੇ ਮੈਂ ਸਕਦਾ ਇੰਡੀਵਿਜੁਅਲ ਦੀ ਪ੍ਰਾਈਵੇਸੀ ਤੇ ਉਹਦੀ ਲਿਬਰਟੀ ਦੇ ਉੱਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਣੀ ਚਾਹੀਦੀ। ਦੂਸਰਾ ਜਿਹੜਾ ਇੱਥੋਂ ਤੱਕ ਇਮੀਗ੍ਰੇਸ਼ਨ ਦਾ ਸਵਾਲ ਹੈ, ਇਹਨਾਂ ਦਾ ਸੰਬੰਧ ਇੱਕ ਹੋਰ ਚੀਜ਼ ਜਿਹੜੀ ਵਿੱਚ ਆ ਜਾਂਦੀ ਹੈ ਉਹ ਹੈ ਡਰੱਗ ਅਬਿਊਜ਼, ਕਿਉਂਕਿ ਜਿੰਨਾ ਵੀ ਏਰੀਆ ਜਿਹੜਾ ਹੈ ਅਮੈਰੀਕਾ ਦਾ ਉਹ ਮੈਕਸੀਕੋ ਨਾਲ ਲੱਗਦਾ ਹੈ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਉੱਥੇ ਬਹੁਤ ਸਾਰੀਆਂ ਡਰੱਗਸ ਜਿਹੜੀਆਂ ਉਹ ਸਮਗਲ ਹੁੰਦੀਆਂ ਹਨ। ਹੁਣ ਇਹਦੇ ਬਾਰੇ ਮਿਸਟਰ ਟਰੰਪ ਦਾ ਬੜਾ ਸਟਰੋਂਗ ਸਟੈਂਡ ਹੈ, ਮੈਂ ਸਮਝਦਾ ਕਿ ਉਹ ਸਟੈਂਡ ਜਿਹੜਾ ਬੜਾ ਅੱਛਾ ਵੀ ਹੈ। ਕੁਛ ਹੱਦ ਤੱਕ ਜਿਹੜੇ ਡੈਮੋਕ੍ਰੇਟਸ ਨੇ ਉਹ ਇਸ ਮਾਮਲੇ ਦੇ ਵਿੱਚ ਦੋਨਾਂ ਕੇਸਿਸ ਦੇ ਵਿੱਚ ਲਿਬਰਲ ਹਨ, ਜਦਕਿ ਮਿਸਟਰ ਟਰੰਪ ਜਿਹੜੇ ਉਹ ਇਸ ਮਾਮਲੇ ਦੋਨਾਂ ਨੂੰ ਬੜਾ ਸਟ੍ਰਿਕਟਲੀ ਤੌਰ ਦੇ ਉੱਤੇ ਲੈਂਦੇ ਹਨ। ਜੇ ਇਮੀਗ੍ਰੈਂਟਸ ਕਿਸੇ ਵੀ ਹਾਲਤ ਦੇ ਵਿੱਚ ਡਰੱਗ ਸਮਗਲਿੰਗ ਦੇ ਵਿੱਚ ਸਹਾਇਕ ਹੁੰਦੇ ਹਨ ਜਾਂ ਕਹਿ ਲਓ ਕਿ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਸਹਾਇਕ ਹੁੰਦੇ ਹਨ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਫਸੇ ਹੋਏ ਜਾਂ ਤਾਂ ਉਹ ਦਰਿਆ ਕ੍ਰੋਸ ਕਰਦੇ ਹੋਏ ਮਾਰੇ ਗਏ ਜਾਂ ਕਈ ਵਾਰ ਦੇਖਿਆ ਜਾਂਦਾ ਕਿ ਉਹ ਕਿਸੇ ਟਰੱਕ ਦੇ ਵਿੱਚ ਬੰਦ ਕਰਕੇ ਇਸ ਤਰ੍ਹਾਂ ਲਿਜਾਏ ਜਾਂਦੇ ਹਨ ਕਿ ਉਹ ਰਸਤੇ ਦੇ ਵਿੱਚ ਉਹ ਦਮ ਤੋੜ ਜਾਂਦੇ ਹਨ। ਤੇ ਇਸ ਇਸ਼ੂ ਦੇ ਵਿੱਚ ਮੇਰੇ ਖਿਆਲ ਜਿੰਨੇ ਵੀ ਸਟ੍ਰਿਕਟ ਮਈਅਰ ਲਏ ਜਾਣ ਉਹ ਚੰਗੀ ਗੱਲ ਹੈ, ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਅਫੈਕਟਡ ਹੁੰਦੇ ਜਾਂ ਅਫਰੀਕਨ ਹੁੰਦੇ ਹਨ ਜਾਂ ਏਸ਼ੀਅਨ ਲੋਕ ਹੁੰਦੇ ਹਨ। ਤੇ ਇਸ ਕਰਕੇ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਕਿਉਂਕਿ ਮਿਸਿਸ ਕਮਲਾ ਹੈਰਿਸ ਸ਼ੀ ਹਰ ਸੈਲਫ ਇਜ ਆਈ ਥਿੰਕ ਕਿਉਂਕਿ ਏਸ਼ੀਅਨ ਹੈ ਤੇ ਇਸ ਕਰਕੇ ਉਹਦਾ ਸਟੈਂਡ ਜਿਹੜਾ ਉਹ ਸਲਾਈਟਲੀ ਲਿਬਰਲ ਹੋਏਗਾ। ਤੁਸੀਂ ਦੇਖਿਆ ਹੋਏਗਾ ਕਿ ਇੱਕ ਯੁਗਾਂਡਾ ਪਲਾਨ ਯੂਕੇ ਨੇ ਸ਼ੁਰੂ ਕੀਤੀ ਸੀ, ਰਵਾਂਡਾ ਪਲਾਨ ਕਿਹਨੇ ਸ਼ੁਰੂ ਕੀਤੀ ਸੀ, ਲੇਕਿਨ ਮਿਸਟਰ ਰਿਸ਼ੀ ਸੁਨਕ ਜਿਹੜੇ ਆ ਉਹ ਇਹਦੇ ਵਿੱਚ ਸਕਸੈਸਫੁਲ ਖਾਸ ਨਹੀਂ ਹੋ ਸਕੇ ਤੇ ਜਿਉਂ ਹੀ ਨਵੇਂ ਪ੍ਰਾਈਮ ਮਿਨਿਸਟਰ ਆਏ ਉਹਨਾਂ ਨੇ ਉਸ ਪਲਾਨ ਨੂੰ ਜਿਹੜਾ ਉਹ ਖਤਮ ਕਰ ਦਿੱਤਾ। ਤੇ ਉਹ ਪਲਾਨ ਮੇਰੇ ਖਿਆਲ ਦੇ ਵਿੱਚ ਕੋਈ ਬਹੁਤ ਵਧੀਆ ਪਲਾਨ ਨਹੀਂ ਸੀਗੀ। ਹੁਣ ਹਿਊਮਨ ਟ੍ਰੈਫਿਕਿੰਗ ਹੁੰਦੀ ਕਿਉਂ ਹੈ ਬੇਸਿਕਲੀ ਉਹ ਤੁਸੀਂ ਦੇਖਿਆ ਹੋਗਾ ਕਿ ਏਸ਼ੀਅਨ ਤੇ ਅਫਰੀਕਨ ਕੰਟਰੀ ਜਿੰਨੇ ਵੀ ਹਨ ਉਹਨਾਂ ਦੇ ਵਿੱਚੋਂ ਲੋਕ ਜਿਹੜੇ ਉਹ ਅਮੈਰੀਕਾ ਜਾ ਕੇ ਉੱਥੋਂ ਦੇ ਖਾਬ ਲੈਂਦੇ ਹਨ ਕਿ ਉੱਥੇ ਜਾ ਕੇ ਅਸੀਂ ਬਹੁਤ ਐਸ਼ ਕਰਾਂਗੇ ਜਾਂ ਉੱਥੇ ਕਾਫੀ ਪੈਸਾ ਕਮਾਵਾਂਗੇ ਘਰ ਭੇਜਾਂਗੇ। ਤੇ ਦੇਖਿਆ ਜਾਵੇ ਤੇ ਉੱਥੇ ਜਾ ਕੇ ਕੋਈ ਬਹੁਤ ਵੱਡੀਆਂ ਨੌਕਰੀਆਂ ਤੇ ਕੁਛ ਇੱਕ ਲੋਕ ਹੀ ਜਾ ਪਾਉਂਦੇ ਹਨ, ਬਾਕੀ ਲੋਕ ਜ਼ਿਆਦਾਤਰ ਲੇਬਰ ਕਰਦੇ ਹਨ ਜਾਂ ਕਹਿ ਲਓ ਕਿ ਉਹ ਕੋਈ ਟੈਕਸੀ ਚਲਾਉਂਦਾ ਹੈ ਜਾਂ ਜ਼ਿਆਦਾ ਤੋਂ ਜ਼ਿਆਦਾ ਟਰਾਂਸਪੋਰਟ ਦਾ ਬਿਜ਼ਨਸ ਸ਼ੁਰੂ ਕਰ ਲੈਂਦੇ ਹਨ।
ਕੁਛ ਇੱਕ ਲੋਕਾਂ ਨੇ ਉੱਥੇ ਜਾ ਕੇ ਕਾਫੀ ਮੱਲਾ ਮਾਰੀਆਂ ਹਨ, ਜਿੱਦਾਂ ਕਿ ਹਾਇਰ ਪੋਸਟਾਂ ਤੇ ਵੀ ਪਹੁੰਚੇ, ਜਿੱਦਾਂ ਕੈਨੇਡਾ ਵਿੱਚ ਮਿਨਿਸਟਰ ਬਣੇ ਹਨ, ਅਮਰੀਕਾ ਦੇ ਵਿੱਚ ਬਹੁਤ ਸਾਰੇ ਮਿਨਿਸਟਰ ਕਹਿ ਲਓ ਜਾਂ ਹਾਇਰ ਪੋਸਟਾਂ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਬਿਊਰੋਕਰੇਸੀਜ਼ ਹੁੰਦੀਆਂ ਨੇ ਉਹਨਾਂ ਤੇ ਪਹੁੰਚੇ ਨੇ, ਖਾਸ ਕਰਕੇ ਲੀਗਲ ਤੇ ਮੈਡੀਕਲ ਫੀਲਡ ਦੇ ਵਿੱਚ। ਤੇ ਮੈਂ ਸਮਝਦਾ ਕਿ ਦੋਨਾਂ ਕੇਸਿਸ ਦੇ ਵਿੱਚ ਮਿਸਿਸ ਕਮਲਾ ਹੈਰਿਸ ਦਾ ਸਟੈਂਡ ਜਿਹੜਾ ਆ, ਖਾਸ ਕਰਕੇ ਥੋੜਾ ਸਾ ਲਿਬਰਲ ਅਗਰ ਹੈ ਤਾਂ ਉਹਨਾਂ ਦਾ ਏਸ਼ੀਅਨ ਲੋਕਾਂ ਵੱਲੋਂ ਫਾਇਦਾ ਮਿਲਣਾ ਜਨਰਲੀ ਤੌਰ ਤੇ ਉਹਨਾਂ ਨੂੰ ਜ਼ਿਆਦਾ ਪਲੱਸ ਪੁਆਇੰਟ ਰਹੇਗਾ। ਮੇਰੇ ਖਿਆਲ ਦੇ ਵਿੱਚ ਇਸੇ ਗੱਲ ਨੂੰ ਦੇਖਦੇ ਹੋਏ ਮਿਸਟਰ ਡੋਨਲਡ ਟਰੰਪ ਨੇ ਆਪਣਾ ਜਿਹੜਾ ਸੈਕਿੰਡ ਵਾਈਸ ਪ੍ਰੈਜ਼ੀਡੈਂਟ ਹੂ ਵਾਸ ਕ੍ਰਿਟੀਕਲ ਆਫ ਮਿਸਟਰ ਟਰੰਪ, ਉਹਨਾਂ ਨੂੰ ਲਿਆ ਹੈ, ਤੇ ਉਹਨਾਂ ਦੀ ਵਾਈਫ ਜਿਹੜੀ ਆ ਉਹ ਕਿਉਂਕਿ ਇੰਡੀਅਨ ਮੂਲ ਦੀ ਹੈ, ਤੇ ਇਸ ਕਰਕੇ ਸ਼ਾਇਦ ਉਹ ਏਸ਼ੀਅਨ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ। ਯਾ, ਕਿਉਂਕਿ ਜੋ ਅਬੋਰਸ਼ਨ ਦਾ ਇਸ਼ੂ ਹੈ ਉਹਦੇ ਉੱਤੇ ਮਾਈ ਬਾਡੀ ਮਾਈ ਚੋਇਸ ਇਹ ਬਹੁਤ ਜ਼ਿਆਦਾ ਚੱਲਿਆ ਹੈ, ਸੜਕਾਂ ਦੇ ਉੱਤੇ ਪ੍ਰਦਰਸ਼ਨ ਵੀ ਹੋਏ ਅਮੈਰੀਕਾ ਦੇ ਵਿੱਚ, ਔਰ ਇਹ ਚੀਜ਼ਾਂ ਦੇਖੋ ਡਾਕਟਰ ਸਾਹਿਬ ਹੈ ਤਾਂ ਸਾਰੀਆਂ ਇਮੋਸ਼ਨਸ ਦੀਆਂ ਗੱਲਾਂ, ਔਰ ਇਮੋਸ਼ਨਸ ਕਿਸ ਵਕਤ ਕਿੱਧਰ ਲੈ ਕੇ ਚਲੇ ਜਾਣ ਵੋਟਰਸ ਦੇ ਮਾਇੰਡ ਨੂੰ, ਔਰ ਉਹ ਮਾਇੰਡ ਇਲੈਕਸ਼ਨਸ ਦੇ ਵਿੱਚ ਵੋਟਾਂ ਦੇ ਵਿੱਚ ਕਨਵਰਟ ਹੋ ਜਾਏ, ਔਰ ਕਿਸ ਦੇ ਹੱਕ ਦੇ ਵਿੱਚ ਉਹ ਵੋਟਾਂ ਭੁਗਤ ਜਾਣ, ਇਹ ਸਾਰੀ ਗੇਮ ਇਮੋਸ਼ਨਲ ਹੀ ਹੈ। ਔਰ ਇਮੋਸ਼ਨ ਇੱਕ ਗੱਲ ਇਹਦੇ ਵਿੱਚ ਹੋਰ ਐਡ ਇਹ ਕਰਨਾ ਚਾਹੁੰਦਾ ਕਿ ਬਹੁਤਿਆਂ ਦੇਸ਼ਾਂ ਦੇ ਵਿੱਚ ਜਿਹੜੀ ਆਪਣੀ ਕਹਿ ਲਓ ਕਿ ਡੈਮੋਕ੍ਰੇਸੀ ਆ, ਉਹ ਇਲੈਕਸ਼ਨ ਤੋਂ ਸ਼ੁਰੂ ਹੋ ਕੇ ਇਲੈਕਸ਼ਨ ਤੇ ਹੀ ਖਤਮ ਹੋ ਜਾਂਦੀ ਹੈ। ਅਮੈਰੀਕਾ ਦੀ ਮੈਨੂੰ ਅੱਛੀ ਗੱਲ ਇਹ ਲੱਗਦੀ ਹੈ ਕਿ ਉੱਥੇ ਇਸ਼ੂਜ਼ ਦੇ ਉੱਤੇ ਇਲੈਕਸ਼ਨ ਲੜੀਆਂ ਜਾਂਦੀਆਂ ਹਨ, ਔਰ ਜਿਹੜੀ ਪਬਲਿਕ ਡਿਬੇਟ ਕੀਤੀ ਜਾਂਦੀ ਹੈ ਉਹ ਲੋਕਾਂ ਨੂੰ ਸਾਫ਼ ਤੌਰ ਤੇ ਦਿਖਾਈ ਦਿੰਦੀ ਹੈ ਕਿ ਹੂ ਇਜ਼ ਹੈਵਿੰਗ ਅਪਰ ਹੈਂਡ। ਨਾ ਹੁਣ ਇਮੋਸ਼ਨਸ ਦੇ ਨਾਲ ਖੇਲਦਾ ਕੌਣ ਹੈ ਜਾਂ ਕਿਸ ਤਰ੍ਹਾਂ ਖੇਲਦਾ ਇਹ ਤਾਂ ਸਮਾਂ ਹੀ ਦੱਸ ਸਕਦਾ ਹੈ, ਕਿਉਂਕਿ ਕਿਸੇ ਸੇਮ ਇਸ਼ੂ ਦੇ ਉੱਤੇ ਤੁਹਾਡੀ ਰਾਏ ਕੁਛ ਹੋਰ ਹੋ ਸਕਦੀ ਹੈ, ਕਿਸੇ ਦੂਸਰੇ ਦੀ ਰਾਏ ਕੁਛ ਹੋਰ ਹੋ ਸਕਦੀ ਹੈ। ਪਰਟੀਕੁਲਰ ਡੇ ਦੇ ਉੱਤੇ ਤੁਸੀਂ ਕਿੱਦਾਂ ਪਰਫਾਰਮ ਕਰਦੇ ਹੋ, ਇਹ ਜਸਟ ਲਾਈਕ ਹਾਕੀ ਮੈਚ ਹੈ, ਤੁਸੀਂ ਚਾਹੇ ਵਰਲਡ ਚੈਂਪੀਅਨ ਹੋ, ਕਿਸੇ ਦਿਨ ਤੁਸੀਂ ਹਾਰ ਵੀ ਸਕਦੇ ਹੋ, ਤੁਸੀਂ ਬਾਕਸਿੰਗ ਦੇ ਚੈਂਪੀਅਨ ਹੋ ਸਕਦੇ ਹੋ, ਤੁਸੀਂ ਕਿਦਾਂ ਹਾਰ ਵੀ ਸਕਦੇ ਹੋ। ਤੇ ਦੇਰ ਆਰ ਮੈਨੀ ਪੀਪਲ ਕਿ ਜਿਹੜੇ ਚੈਂਪੀਅਨ ਹੁੰਦੇ ਹੋਏ ਪਹਿਲੇ ਰਾਊਂਡ ਦੇ ਵਿੱਚ ਹੀ ਹਾਰ ਜਾਂਦੇ ਹਨ ਟੈਨਿਸ ਦੇ ਵਿੱਚ, ਤੇ ਮੈਂ ਸਮਝਦਾ ਕਿ ਇਹ ਜਿਹੜੇ ਮਿਸਟਰ ਡੋਨਲਡ ਟਰੰਪ ਹੈ, ਇਹ ਇਮੋਸ਼ਨਸ ਦੇ ਨਾਲ ਖੇਲਣਾ, ਸੈਂਟੀਮੈਂਟਸ ਦੇ ਨਾਲ ਖੇਲਣਾ, ਉਹ ਸ਼ਾਇਦ ਕੰਪੈਰੇਟਿਵਲੀ ਦੂਜਿਆਂ ਦੇ ਜੋ ਪ੍ਰੈਜ਼ੈਂਟ ਕੈਂਡੀਡੇਟ ਉਹਨਾਂ ਦਾ ਬੈਟਰ ਜਾਣਦੇ ਹਨ, ਬਟ ਡੈਫੀਨੇਟਲੀ ਮਿਸਿਸ ਕਮਲਾ ਹੈਰਿਸ ਜਿਹੜੀ ਉਹਨਾਂ ਨੂੰ ਸਟਰੋਂਗ ਜਿਹੜੀ ਅਪੋਜੀਸ਼ਨ ਦੇਵੇਗੀ, ਔਰ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਫਾਈਟ ਹੈ ਇਹ ਬੜੀ ਕਲੋਜ਼ ਫਿਨਿਸ਼ ਹੋਣ ਵਾਲੀ। ਲਿਬਰਲਿਜ਼ਮ ਨੂੰ ਖਾਸ ਐਕਸਪੀਰੀਅੰਸ ਕਰਨਗੇ ਅਮੈਰੀਕਨਸ ਜੇ ਕਮਲਾ ਹੈਰਿਸ ਬਣਦੇ ਨੇ ਨੈਕਸਟ ਪ੍ਰੈਜ਼ੀਡੈਂਟ ਆਫ ਅਮੈਰੀਕਾ, ਇਹ ਐਕਸਪਰਟਸ ਦੀ ਰਾਏ ਬਣੀ ਹੋਈ ਹੈ, ਅਮੈਰੀਕਨ ਦਾ ਜੋ ਡਿਬੇਟਸ ਚੱਲਦੇ ਨੇ। ਸੋ ਇੱਕ ਡਿਬੇਟ ਇਹ ਵੀ ਹੈ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਕਿ ਅਮੈਰੀਕਾ ਵਾਰਸ ਦੇ ਵਿੱਚ ਇਨਵੋਲਵ ਰਹਿੰਦਾ, ਖਾਸ ਕਰਕੇ ਹੁਣ ਤਾਂ ਯੂਕਰੇਨ ਐਂਡ ਗਾਜ਼ਾ ਇਜ਼ਰਾਈਲ ਇਹ ਸਭ ਸਾਡੇ ਸਾਹਮਣੇ ਹੈ, ਹੋਰ ਵੀ ਕਈ ਥਾਂ ਦੇ ਉੱਤੇ ਹਰ ਤਰ੍ਹਾਂ ਦੀ ਮਦਦ ਕਰਦਾ, ਪੈਸੇ ਵੱਲੋਂ ਵੀ ਹਥਿਆਰਾਂ ਵੱਲੋਂ ਵੀ। ਸੋ ਇੰਟਰਨੈਸ਼ਨਲ ਡਿਬੇਟ ਇਹ ਬਣੀ ਹੋਈ ਹੈ ਕਿ ਇਹ ਪੈਸਾ ਜੇ ਆਪਣੇ ਸਿਕਿਉਰਿਟੀ ਸਿਸਟਮ ਦੇ ਉੱਤੇ ਅਮੈਰੀਕਾ ਖਰਚ ਕਰੇ ਤਾਂ ਇੱਦਾਂ ਦੇ ਹਾਲਾਤ ਨਾ ਬਣਨ, ਹੈਲਥ ਕੇਅਰ ਦੇ ਉੱਤੇ ਖਰਚ ਕਰੇ, ਕਲਾਈਮੇਟ ਦਾ ਇਸ਼ੂ ਬਣਿਆ ਹੋਇਆ ਉਹਦੇ ਉੱਤੇ ਖਰਚ ਕਰੇ, ਤਾਂ ਹੋ ਸਕਦਾ ਜਿਹੜੇ ਨਵੇਂ ਟੈਕਸਿਸ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਵੀ ਦੁਬਾਰਾ ਵਿਚਾਰ ਕੀਤਾ ਜਾਵੇ। ਔਰ ਬੇਰੁਜ਼ਗਾਰੀ ਹੈ, ਮਹਿੰਗਾਈ ਹੈ, ਆਲ ਟਾਈਮ ਹਾਈ ਚੱਲਦੀ ਪਈ ਹੈ, ਔਰ ਕਰੋਨਾ ਤੋਂ ਬਾਅਦ ਇਕਨੋਮਿਕ ਸਟੇਬਿਲਿਟੀ ਨਹੀਂ ਹੈ, ਤਮਾਮ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ, ਮਤਲਬ ਇਕੋਨਮੀ ਨੂੰ ਲੈ ਕੇ ਵੀ ਆ ਰਹੀਆਂ ਨੇ, ਸੋਸਾਇਟੀ ਨੂੰ ਲੈ ਕੇ ਵੀ ਆ ਰਹੀਆਂ ਨੇ। ਸੋ ਅਗਰ ਅਸੀਂ ਦੇਖੀਏ ਹੈਲਥ ਕੇਅਰ, ਕਲਾਈਮੇਟ ਇਸ਼ੂ, ਨਿਊ ਟੈਕਸਿਸ, ਔਰ ਬਾਕੀ ਇਕੋਨਮੀ ਦੇ ਹਾਲਾਤ, ਔਰ ਵਾਰਸ ਦੇ ਵਿੱਚ ਅਮੈਰੀਕਾ ਦੀ ਇਨਵੋਲਵਮੈਂਟ, ਤਾਂ ਕਿਸ ਕ੍ਰਕਸ ਤੇ ਪਹੁੰਚਦੇ ਹਾਂ ਡਾਕਟਰ ਸਰ? ਵਾਰ ਜਿਹੜੀ ਹੈ ਉਹ ਇਨਫਲੇਸ਼ਨ ਨੂੰ ਬੂਸਟ ਕਰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਹੁਣ ਜੇ ਤੁਸੀਂ ਇਜ਼ਰਾਈਲ ਨੂੰ ਦੇਖੋ ਤਾਂ ਅਮਰੀਕਾ ਉਹਨਾਂ ਨੂੰ $3.8 ਬਿਲੀਅਨ ਡਾਲਰ ਦੀ ਜਿਹੜੀ ਇਹ ਏਡ ਹੈ ਕਿਸੇ ਨਾ ਕਿਸੇ ਰੂਪ ਵਿੱਚ ਹਰ ਸਾਲ ਦਿੰਦਾ ਹੈ।
ਤੁਸੀਂ ਜਿਹੜੀ ਮੇਨ ਗੱਲ ਦੇਖੀ ਹੋਗੀ ਕਿ ਅਮਰੀਕਾ ਨੇ ਪਿਛਲੇ ਕੁਝ ਸਾਲਾਂ ਦੇ ਵਿੱਚੋਂ ਦੂਸਰੇ ਦੇਸ਼ਾਂ ਦੇ ਵਿੱਚ ਆਪਣੇ ਜ਼ਿਆਦਾ ਆਦਮੀ ਜਿਹੜੀ ਫੌਜ ਨਹੀਂ ਭੇਜੀ ਹੈ, ਬਲਕਿ ਉਹ ਸਿਰਫ ਹਥਿਆਰ ਦਿੰਦੇ ਹਨ ਤੇ ਉਹਨਾਂ ਨੂੰ ਇਕਨੋਮਿਕ ਏਡ ਦਿੰਦੇ ਹਨ, ਚਾਹੇ ਉਹ ਯੂਕਰੇਨ ਹੋਵੇ ਤੇ ਚਾਹੇ ਉਹ ਇਜ਼ਰਾਈਲ ਹੋਵੇ। ਹੁਣ ਇਜ਼ਰਾਈਲ ਨੂੰ ਇੰਨੀ ਬੜੀ ਮਦਦ ਦੇ ਬਾਵਜੂਦ ਵੀ ਹੁਣ ਤੁਸੀਂ ਦੇਖੋ ਕਿ ਉੱਥੇ ਗਾਜ਼ਾ ਦੇ ਵਿੱਚ ਕਿੰਨੇ ਹਜ਼ਾਰ ਲੋਕ ਜਿਹੜੇ ਉਹ ਮਾਰੇ ਗਏ ਹਨ। ਇਹ ਗੱਲ ਸਹੀ ਹੈ ਕਿ ਹਮਸ ਵਾਲਿਆਂ ਨੇ ਜਿਹੜਾ ਹੈ ਉਹ ਪਹਿਲਾਂ ਅਟੈਕ ਕੀਤਾ ਸੀਗਾ ਤੇ ਜਿਹਦੇ ਵਿੱਚ ਕਾਫੀ ਇਜ਼ਰਾਈਲੀ ਲੋਕ 1200-1400 ਲੋਕ ਮਾਰੇ ਗਏ ਸੀਗੇ, ਲੇਕਿਨ ਉਸ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਗਾਜ਼ਾ ਸਟ੍ਰਿਪ ਦੇ ਵਿੱਚ 40,000 ਤੋਂ ਜ਼ਿਆਦਾ ਲੋਕ, ਜਿਨ੍ਹਾਂ ਵਿੱਚੋਂ ਬਹੁਤੇ ਔਰਤਾਂ ਤੇ ਬੱਚੇ ਹਨ, ਉਹ ਮਾਰੇ ਜਾ ਚੁੱਕੇ ਹਨ। ਉਹ ਬਹੁਤੇ ਜਿਹੜੇ ਲੋਕ ਆ ਉਹ ਰਿਫਿਊਜੀ ਕੈਂਪਾਂ ਦੇ ਵਿੱਚ ਰਹਿ ਰਹੇ ਹਨ। ਤੁਸੀਂ ਦੇਖਿਆ ਹੋਗਾ ਕਿ ਇਹ ਵਾਰ ਜਿਹੜੀ ਆ 1948 ਤੋਂ ਚਾਲੂ ਹੈ, ਜਿਹੜੀ ਆ ਇਜ਼ਰਾਈਲ ਤੇ ਫਲਸਤੀਨੀਆਂ ਦੇ ਵਿਚਾਲੇ ਜਿਹੜੀ ਲੜਾਈ ਆ, 1948 ਤੋਂ 15 ਵਾਰ ਹੋ ਚੁੱਕੀ ਹੈ ਆਪਸ ਵਿੱਚ ਵਾਰ, ਔਰ ਕਿਸੇ ਨਾ ਕਿਸੇ ਨੇ ਇਸ਼ੂ ਨੂੰ ਲੈ ਕੇ ਦੋਨਾਂ ਦੇ ਉੱਤੇ ਕਿਤੇ ਨਾ ਕਿਤੇ ਗਨ ਕਲਚਰ, ਜਿਹੜਾ ਗਨ ਦੀ ਯੂਜ਼ ਹੈ, ਉਹ ਹੁੰਦਾ ਹੀ ਰਹਿੰਦਾ ਹੈ। ਹੁਣ ਤੁਸੀਂ ਇਹ ਦੇਖੋ ਕਿ ਅਮੈਰੀਕਾ ਜਿੰਨੀ ਏਡ ਯੂਕਰੇਨ ਨੂੰ ਔਰ ਇਜ਼ਰਾਈਲ ਨੂੰ ਦੇ ਰਿਹਾ ਹੈ, ਅਗਰ ਉਹੋ ਹੀ ਉਹ ਆਪਣੇ ਹੈਲਥ ਕੇਅਰ ਤੇ ਕਲਾਈਮੇਟ ਚੇਂਜ ਤੇ ਵਰਲਡ ਲੈਵਲ ਦੇ ਉੱਤੇ ਖਰਚਾ ਕਰੇ ਤੇ ਪੂਰੀ ਦੁਨੀਆ ਨੂੰ ਉਹਦਾ ਫਾਇਦਾ ਹੋ ਸਕਦਾ। ਲੇਕਿਨ ਉਹ ਕਹਿੰਦੇ ਨਾ ਕਿ ਮੈਂ ਆਪਣੀ ਧੌਂਸ ਜਮਾਉਣੀ ਆ ਜਾਂ ਜਿਹੜੀ ਆਪਣੀ ਹੈਜਮੋਨੀ ਆ ਉਹਨਾਂ ਨੂੰ ਆਪਣਾ ਬਰਾਬਰ ਰੱਖਣ ਲਈ ਕਿ ਅਸੀਂ ਰਸ਼ੀਆ ਤੋਂ ਘੱਟ ਨਹੀਂ ਜਾਂ ਅਸੀਂ ਚਾਈਨਾ ਤੋਂ ਘੱਟ ਨਹੀਂ ਹੈ। ਇਸ ਕਰਕੇ ਉਹ ਵਾਰ ਵੀ ਕੰਟੀਨਿਊ ਰੱਖਣਾ ਚਾਹੁੰਦੇ ਹਨ। ਜਿਹਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ, ਇੱਕ ਤਰ੍ਹਾਂ ਤਾਂ ਇੱਕ ਏਡ ਤਾਂ ਜ਼ਰੂਰ ਦੇ ਦਿੰਦੇ ਹਨ, ਪਰ ਉਹ ਇਹ ਜਾਣ ਜਾਂਦੇ ਹਨ ਕਿ ਸਾਡੇ ਹਥਿਆਰ ਕਿਹੜੇ ਵਿਕ ਸਕਦੇ ਹਨ ਤੇ ਕਿਹੜੇ ਨਹੀਂ ਵਿਕ ਸਕਦੇ। ਉਹਨਾਂ ਦੇ ਜਿਹੜੀ ਯੂਟੀਲਾਈਜੇਸ਼ਨ ਹੈ ਉਹ ਜਿਹੜਾ ਪ੍ਰੋਪਰਲੀ ਟੈਸਟਿੰਗ ਹੈ ਉਹ ਇੱਕ ਤਰ੍ਹਾਂ ਦੀ ਉਹਨਾਂ ਕੋਲ ਹੋ ਜਾਂਦੀ ਹੈ। ਲੇਕਿਨ ਐਟ ਦਾ ਸੇਮ ਟਾਈਮ ਜੇ ਅਸੀਂ ਦੇਖਿਆ ਜਾਵੇ ਜਿਹੜੇ ਵੱਡੇ ਇਸ਼ੂ ਹਨ, ਚਾਹੇ ਉਹ ਬੇਰੁਜ਼ਗਾਰੀ ਦਾ ਹੋਵੇ, ਹੁਣ ਅਮਰੀਕਾ ਦੇ ਵਿੱਚ ਵੀ ਹਾਈ ਇਨਫਲੇਸ਼ਨ ਹੈ, ਹੁਣ ਅਮਰੀਕਾ ਦੇ ਵਿੱਚ ਕਲਾਈਮੇਟ ਚੇਂਜ ਦੇ ਉੱਤੇ ਇਸ਼ੂ ਬਹੁਤ ਸਾਰੇ ਖੜੇ ਹੋ ਰਹੇ ਹਨ। ਐਵਰੀਬਾਡੀ ਨੋਜ਼ ਕਿ ਹਰ ਵੇਲੇ ਜਿਹੜਾ ਹੈ ਉਹ ਗਲੋਬਲ ਵਾਰਮਿੰਗ ਜਿਹੜੀ ਉਹ ਵੱਧਦੀ ਜਾ ਰਹੀ ਹੈ, ਚਾਹੇ ਉਹ ਯੂਜ਼ ਆਫ ਏਸੀ ਦਾ ਕਰਕੇ ਹੋਵੇ, ਚਾਹੇ ਸਾਡਾ ਬਿਲਡਿੰਗਾਂ ਨੂੰ ਪੱਕਾ ਕਰਨ ਦਾ ਕੰਮ ਹੋਵੇ, ਚਾਹੇ ਸੜਕਾਂ ਜ਼ਿਆਦੀਆਂ ਬਣਾਉਣ ਦਾ ਕੰਮ ਹੋਵੇ, ਕਿਉਂਕਿ ਜਿੰਨਾ ਜ਼ਿਆਦਾ ਪੱਥਰ ਤੁਸੀਂ ਯੂਜ਼ ਕਰੋਗੇ ਉਨਾ ਜ਼ਿਆਦਾ ਗਰਮੀ ਪੈਦਾ ਹੋਣੀ ਹੀ ਹੈ, ਕਿਉਂਕਿ ਪੱਥਰ ਕੰਪੈਰੇਟਿਵਲੀ ਨੋਰਮਲ ਜਿਹੜੀ ਮਿੱਟੀ ਦੀ ਸੋਇਲ ਹੁੰਦੀ ਹੈ ਉਹਦੇ ਮੁਕਾਬਲੇ ਜਲਦੀ ਗਰਮ ਹੁੰਦਾ ਹੈ। ਹੁਣ ਤੁਸੀਂ ਇਹ ਦੇਖੋ ਕਿ ਅਗਰ ਇਹ ਇਸੇ ਚੀਜ਼ ਨੂੰ ਅਸੀਂ ਗ੍ਰੀਨਰੀ ਦੇ ਵਿੱਚ ਅੱਗੇ ਲੈ ਕੇ ਆਈਏ ਜਾਂ ਰੁੱਖ ਜ਼ਿਆਦਾ ਲਗਾਈਏ ਜਾਂ ਵਰਲਡ ਲੈਵਲ ਦੇ ਉੱਤੇ ਇਹੋ ਜਿਹੇ ਸਟੈਪਸ ਲਈਏ, ਜਿਹੜੀ ਏਡ ਤੁਸੀਂ ਇਜ਼ਰਾਈਲ ਨੂੰ ਤੇ ਯੂਕਰੇਨ ਨੂੰ ਦੇ ਰਹੇ ਹਨ, ਉਸੇ ਏਡ ਨੂੰ ਚਾਹੇ ਉਹ ਰਸ਼ੀਆ ਹੋਵੇ, ਚਾਹੇ ਉਹ ਅਮਰੀਕਾ ਹੋਵੇ, ਚਾਹੇ ਯੂਕੇ ਹੋਵੇ ਤੇ ਚਾਹੇ ਚਾਈਨਾ ਹੋਵੇ, ਅਗਰ ਪੋਜ਼ਿਟਿਵ ਕੰਮਾਂ ਦੇ ਲਈ ਯੂਟੀਲਾਈਜ਼ ਕੀਤਾ ਜਾਵੇ ਤੇ ਉਹ ਕਿੰਨਾ ਵਧੀਆ ਹੋਵੇਗਾ। ਮੈਂ ਇਹ ਸਮਝਦਾ ਕਿ ਦੋਨਾਂ ਕੇਸਿਸ ਦੇ ਵਿੱਚ ਆਈ ਥਿੰਕ ਮਿਸਟਰ ਬਿਡਨ ਨੂੰ ਜਿਹੜਾ ਹੋਰ ਪੋਜ਼ਿਟਿਵ ਸਟੈਪਸ ਲੈਣੇ ਚਾਹੀਦੇ ਸੀਗੇ। ਹੁਣ ਜਿਹੜਾ ਮਸਲਾ 1948 ਤੋਂ ਅਸੀਂ ਖਤਮ ਨਹੀਂ ਕਰ ਸਕੇ, ਹੁਣ ਭਾਰਤ ਪਾਕਿਸਤਾਨ ਦਾ ਮਸਲਾ ਜਿਹੜਾ 1947 ਤੋਂ ਚੱਲ ਰਿਹਾ ਅਸੀਂ ਖਤਮ ਨਹੀਂ ਕਰ ਸਕੇ। ਜੰਮੂ ਕਸ਼ਮੀਰ ਦੇ ਵਿੱਚ ਅਸੀਂ 1947 ਤੋਂ ਲੱਗ ਕੇ ਮੇਰਾ ਖਿਆਲ ਕਰੋੜਾਂ ਰੁਪਏ ਜਿਹੜੇ ਉਹ ਖਰਚ ਕਰ ਚੁੱਕੇ ਹਾਂ। ਵਾਰ ਇਟਸੈਲਫ ਇਜ਼ ਨਾਟ ਬੈਨੀਫਿਸ਼ੀਅਲ ਟੂ ਐਨੀ ਕੰਟਰੀ। ਬੈਟਰ ਹੈ ਕਿ ਬੈਠ ਕੇ ਗੱਲਾਂ ਕੀਤੀਆਂ ਜਾਣ, ਇਕੱਠੇ ਇੱਕ ਦੁੱਖ ਦੂਜੇ ਦੇ ਦੁੱਖ ਸੁੱਖ ਜਿਹੜੇ ਉਹ ਜਾਣੀਏ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਮੈਂ ਇਹ ਸਮਝਦਾ ਕਿ ਮਿਸਟਰ ਜੋ ਪੁਟਿਨ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਥੋੜਾ ਹਿਊਮਨਿਟੀ ਦੇ ਵੱਲ ਜ਼ਿਆਦਾ ਸੋਚਣਾ ਚਾਹੀਦਾ ਹੈ। ਤਦੇ ਹੀ ਅਮਰੀਕਾ ਜਿਹੜਾ ਆ ਉਹ ਦੋਨੋਂ ਅਮਰੀਕਾ ਔਰ ਰਸ਼ੀਆ ਆਪਸ ਵਿੱਚ ਅੱਛੇ ਹੋਣਗੇ ਤੇ ਚਾਈਨਾ ਵੀ ਫਿਰ ਜ਼ਿਆਦਾ ਇੰਟਰਫੇਰੈਂਸ ਨਹੀਂ ਕਰ ਸਕਦਾ। ਮੇਰੇ ਖਿਆਲ ਦੇ ਵਿੱਚ ਇੰਟਰਨੈਸ਼ਨਲ ਡਿਪਲੋਮੇਸੀ ਜਿਹੜੀ ਉਹ ਬੈਟਰ ਪ੍ਰਵੇਲ ਕਰੇਗੀ ਅਗਰ UNO ਵੀ ਆਪਣਾ ਪੋਜ਼ਿਟਿਵ ਰੋਲ ਕਰੇ, ਕਿਉਂਕਿ UNO ਦਾ ਨਾਂ ਹੁਣ ਸਿਰਫ ਇੱਕ ਕਿਤਾਬਾਂ ਦੇ ਵਿੱਚ ਹੀ ਰਹਿ ਗਿਆ ਹੈ ਮੇਰੇ ਖਿਆਲ ਦੇ ਵਿੱਚ। ਮੈਂ ਤਾਂ ਉਹਨਾਂ ਦੇ ਸੈਕਟਰੀ ਜਨਰਲ ਨੂੰ ਕਦੇ ਨਾ ਕਿਸੇ ਦੇਸ਼ ਦੇ ਵਿੱਚ ਆਉਂਦੇ ਦੇਖਿਆ ਤੇ ਨਾ ਕਦੇ ਜਾਂਦੇ ਦੇਖਿਆ। ਬਹੁਤੇ UNO ਦੇ ਸੈਕਟਰੀ ਜਨਰਲ ਕਈ ਵਾਰ ਇਸ ਤਰ੍ਹਾਂ ਦੇ ਵੀ ਆ ਜਾਂਦੇ, ਉਹਨਾਂ ਨੂੰ ਪ੍ਰੋਪਰ ਅੰਗਰੇਜ਼ੀ ਨਹੀਂ ਹੁੰਦੀ ਹੁੰਦੀ, ਉਹ ਦੂਸਰਿਆਂ ਉੱਤੇ ਡਿਪੈਂਡ ਕਰਦੇ ਹਨ। ਤੇ ਮੇਰੇ ਖਿਆਲ ਦੇ ਵਿੱਚ UNO ਨੂੰ ਜਿਹੜਾ ਰੋਲ ਜਿਹੜਾ ਉਹ ਪੋਜ਼ਿਟਿਵ ਖੇਲਣਾ ਚਾਹੀਦਾ, ਉਹਨੂੰ ਇਜ਼ਰਾਈਲ ਨੂੰ ਜ਼ਰੂਰ
ਅੱਗੇ ਲਿਆਉਣਾ ਚਾਹੀਦਾ ਕਿ ਉਹ ਜਿਹੜੀਆਂ ਹਿਊਮਨ ਕਿਲਿੰਗਸ ਆ ਉਹਨਾਂ ਨੂੰ ਕੰਟਰੋਲ ਕਰੇ। ਇਹ ਠੀਕ ਹੈ ਕਿ ਹਮਸ ਜਿਹੜਾ ਉਹ ਕੁਛ ਹੱਦ ਤੱਕ ਜ਼ਿੰਮੇਦਾਰ ਹੈ, ਬਟ ਇਹਦਾ ਪਰਮਾਨੈਂਟ ਸੋਲੂਸ਼ਨ ਨਿਕਲਣਾ ਬਹੁਤ ਹੀ ਜ਼ਰੂਰੀ ਆ, ਉਹ ਬੈਨੀਫਿਸ਼ੀਅਲ ਹੋਏਗਾ ਦਾ ਹੋਲ ਹਿਊਮਨਿਟੀ ਆਫ ਦਾ ਵਰਲਡ। ਬਿਲਕੁਲ ਡਾਕਟਰ ਸਰ, ਕਈ ਵਾਰ ਲੱਗਦਾ ਕਿ UN ਇਸ ਵਕਤ ਇੱਕ ਟੁੱਥਲੈਸ ਟਾਈਗਰ ਆ ਔਰ ਵੀਟੋ ਪਾਵਰ ਵਾਲੀਆਂ ਕੰਟਰੀਜ਼ ਦੇ ਰਹਿਮੋ ਕਰਮ ਦੇ ਉੱਤੇ ਡਿਪੈਂਡ ਕਰਦਾ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਸਾਨੂੰ ਇਨਲਾਈਟਨ ਕੀਤਾ ਔਰ ਇਸੇ ਤਰ੍ਹਾਂ ਹੀ ਵੱਖ ਵੱਖ ਵਿਸ਼ੇ ਲੈ ਕੇ ਅਸੀਂ ਤੁਹਾਨੂੰ ਅਪਰੋਚ ਕਰਾਂਗੇ ਡਾਕਟਰ ਸਰ ਔਰ ਤੁਹਾਡੇ ਕੋਲੋਂ ਇਨਲਾਈਟਨ ਹੋਵਾਂਗੇ। ਥੈਂਕ ਯੂ ਸੋ ਮਚ, ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਵੈਰੀ ਮਚ ਸਰ। ਸਾਡੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਿ ਆਪਣੇ ਵਿਚਾਰ ਸਾਨੂੰ ਇਨਬੋਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।